ਹੈਲੋ ਦੋਸਤੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਬੀਐਡ ਦੇ ਐਂਟ੍ਰੈਂਸ ਦੇ ਨਾਲ ਨਾਲ ਵੀ ਜਿਹੜੀ ਵੀ ਆਪਣੀ ਰੀਜ਼ਨਿੰਗ ਹੋਏਗੀ ਕਿਹੜੇ ਕਿਹੜੇ ਐਗਜ਼ਾਮਸ ਲਈ ਜਿਹੜੇ ਕਿ ਵਾਰਡ اٹੈਂਡੈਂਟ ਦੀਆਂ ਜਿਹੜੀਆਂ ਪੋਸਟਾਂ ਆਈਆਂ ਸੀਗੀਆਂ ਲਗਭਗ 800 ਪੋਸਟਾਂ ਸੀਗੀਆਂ ਤੇ ਬਾਕੀ ਜਿਹੜਾ ਇੱਕ ਪਟਵਾਰੀ ਦਾ ਐਗਜ਼ਾਮ ਹੁੰਦਾ ਆਪਣੇ ਪੰਜਾਬ ਪਟਵਾਰੀ ਦਾ ਵੀ ਤੇ ਬਾਕੀ ਹੋਰ ਵੀ ਜਿੰਨੇ ਵੀ ਐਗਜ਼ਾਮ ਹੁੰਦੇ ਨੇ ਪੰਜਾਬ 'ਚ ਵੀ ਉਹਨਾਂ ਦੀ ਜਿਹੜੀ ਰੀਜ਼ਨਿੰਗ ਹੈ ਵੀ ਆਪਾਂ ਉਹਦੀ ਆਪਾਂ ਗ ਸਰੀਜ਼ ਕੰਪਲੀਸ਼ਨ ਸੋ ਇਸ ਦੇ ਨਾਲ ਹੀ ਆਪਾਂ ਮੈਥ ਦੇ ਨਾਲ ਨਾਲ ਵੀ ਜੀਕੇ ਜਿਹੜੀ ਹੁੰਦੀ ਆ ਇੰਗਲਿਸ਼ ਤੇ ਬਾਕੀ ਕੰਪਿਊਟਰ ਦੀਆਂ ਕਲਾਸਾਂ ਵੀ ਚਲਾਉਣ ਦੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਆਪਣਾ ਪੂਰਾ ਸਾਥ ਬਣਾਏ ਰੱਖਣਾ ਹੈ ਵੀ ਆਪਾਂ ਐਂਡ ਤੱਕ ਵੀ ਜਿੰਨੇ ਵੀ ਕੁਐਸਚਨ ਹੋਣਗੇ ਆਪਣੇ ਵੀ ਆਪਾਂ ਉਹਨੂੰ ਡਿਸਕਸ ਕਰਦੇ ਹੋਏ ਚੱਲਾਂਗੇ ਸੋ ਦੋਸਤੋ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਹਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਜੀ ਆਉਣ ਵਾਲੀਆਂ ਵੀਡੀਓਜ਼ ਨੂੰ ਮਿਸ ਨਾ ਕਰਨ ਲਈ ਬੈਲ ਆਈਕਨ ਵੀ ਜਰੂਰ ਤੋਂ ਪ੍ਰੈਸ ਕਰ ਲਿਓ ਜੇਕਰ ਵੀਡੀਓ ਪਸੰਦ ਆਉਂਦੀ ਹੈ ਤਾਂ ਤੁਸੀਂ ਇਸ ਨੂੰ ਲਾਈਕ ਕਰਨ ਤੋਂ ਬਾਅਦ ਵੀ ਆਪਦੇ ਫਰੈਂਡਸ ਨਾਲ ਵੀ ਸ਼ੇਅਰ ਜਰੂਰ ਤੋਂ ਕਰ ਸਕਦੇ ਹੋ ਸੋ ਅੱਜ ਆਪਣਾ ਜਿਹੜਾ ਫਰਸਟ ਕੁਐਸਚਨ ਹੈ ਵੀ ਆਪਾਂ ਉਹਦੇ ਨਾਲ ਹੀ ਜਿਹੜੇ ਕਨਸੈਪਟ ਹੋਣਗੇ ਵੀ ਉਹਨੂੰ ਵੀ ਡਿਸਕਸ ਕਰਦੇ ਹੋਏ ਅੱਗੇ ਚੱਲਾਂਗੇ ਸੋ ਜਿਹੜਾ ਅੱਜ ਦਾ ਆਪਣਾ ਫਰਸਟ ਕੁਐਸਚਨ ਹੈ ਉਹਨੂੰ ਮੈਂ ਦੱਸ ਦਿੰਨਾ ਸੋ ਆਪਣੀ ਇਹ ਆਪਣਾ ਜਿਹੜਾ ਇਹ ਫਰਸਟ ਲੈਕਚਰ ਹੈ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਨਾਲ ਹੀ ਇਹ ਜਿਹੜੀ ਸੀਰੀਜ਼ ਹੋਏਗੀ ਉਹ ਕੰਟੀਨਿਊ ਰਹੇਗੀ ਤੇ ਆਪਣੀਆਂ ਜਿੰਨੀਆਂ ਵੀ ਕਲਾਸਾਂ ਹੋਣਗੀਆਂ ਵੀ ਸਾਰੀਆਂ ਫ੍ਰੀ ਹੋਣਗੀਆਂ ਸੋ ਤੁਸੀਂ ਦੇਖ ਸਕਦੇ ਹੋ ਇਹ ਜਿਹ 9 25 ਦੇ ਨਾਲ 49 ਤੇ ਇੱਥੇ ਆ ਗਿਆ ਕੁਐਸਚਨ ਮਾਰਕ ਤੇ ਆ ਗਿਆ 121 ਸੋ ਇਹਦੀਆਂ ਜਿਹੜੀਆਂ ਆਪਸ਼ਨਾਂ ਹੋਣਗੀਆਂ ਆਪਸ਼ਨ ਨੰਬਰ A 64 ਆਪਸ਼ਨ ਨੰਬਰ B 81 ਤੇ ਆਪਸ਼ਨ ਨੰਬਰ C 91 ਤੇ ਆਪਸ਼ਨ ਨੰਬਰ D ਇਹ ਹੈ 100 ਠੀਕ ਹੈ ਜੀ ਸੋ ਤੁਸੀਂ ਇਹਨੂੰ ਵੇਖਣਾ ਹੈ ਤੇ ਵੇਖੋ ਜੀ ਕੀ ਤੁਹਾਨੂੰ ਕੋਈ ਲੱਗ ਰਿਹਾ ਵੀ ਇਹਨਾਂ ਦੇ ਵਿੱਚ ਕੋਈ ਰਿਲੇਸ਼ਨ ਹੈ 1 9 25 49 ਇੱਥੇ ਕੁਝ ਵੀ ਹੈ ਨਹੀਂ ਸੋ ਤੁਸੀਂ ਇਹੀ ਦੱਸਣਾ ਸੀ ਨਾ ਮੈਨ ਤੇ 121 ਸੋ ਜੇ ਤੁਸੀਂ ਇਹਨਾਂ ਦੇ ਵਿੱਚ ਡਿਫਰੈਂਸ ਵੇਖੋ ਸੋ ਇਹ 8 8 ਤੋਂ ਬਾਅਦ ਕਹਿ ਸਕਦੇ ਹਾਂ 16 ਸੋ ਇਹਨਾਂ ਦਾ ਡਿਫਰੈਂਸ ਹੈ ਵੀ ਬਹੁਤ ਤੇਜ਼ੀ ਨਾਲ ਵੱਧ ਰਿਹਾ ਵੀ ਕਹਿਣ ਦਾ ਭਾਵੇਂ ਤਾਂ ਇਹ ਜਿਆਦਾ ਫਿਰ ਕਿਸੇ ਨਾਲ ਮਲਟੀਪਲਾਈ ਹੋ ਰਿਹਾ ਠੀਕ ਹੈ ਜੀ ਜਾਂ ਤਾਂ ਤੁਸੀਂ ਇਹ ਲੌਜਿਕ ਲਗਾ ਸਕਦੇ ਹੋ ਬਟ ਜੇ ਤੁਸੀਂ ਡਿਫਰੈਂਸ ਨਾਲ ਲਗਾ ਕੇ ਵੇਖੋਗੇ ਸੋ ਜਿਹੜਾ ਆਪਣਾ ਕੁਐਸਚਨ ਦਾ ਜਵਾਬ ਹੈ ਉਹ ਨਹੀਂ ਹੋਣਾ ਸੋ ਆਪਾਂ ਇੱਕ ਵਾਰ ਇਹਦਾ ਕਰਕੇ ਵੇਖਦੇ ਹਾਂ ਸਕੁਅਰ ਸੋ ਆਪਾਂ ਨੂੰ ਲੱਗ ਰਿਹਾ ਵੀ ਸ਼ਾਇਦ ਸਕੁਅਰ ਜਿਹੜਾ ਹੈ ਵੀ ਸਾਰਿਆਂ ਦਾ ਸਕੁਅਰ ਕਿਸੇ ਨੰਬਰ ਦਾ ਸਕੁਅਰ ਹੈ ਸੋ ਇਹਦਾ ਜਿਹੜਾ ਜਵਾਬ ਹੈ ਉਹ ਹੋ ਸਕਦਾ ਹੈ ਸੋ ਵੇਖਦੇ ਹਾਂ ਜਿਵੇਂ ਕਿ 1 ਦਾ ਸਕੁਅਰ ਕਿੰਨਾ ਹੁੰਦਾ ਜੀ ਹੁੰਦਾ 1 ਹੀ ਹੁੰਦਾ ਠੀਕ ਹੈ ਜੀ ਉਸ ਹਿਸਾਬ ਨਾਲ ਵੀ 2 ਦੇ ਸਕੁਅਰ ਕਿੰਨਾ ਹੁੰਦਾ ਜੀ 2 ਦਾ ਹੋ ਗਿਆ ਆਪਣਾ 4 ਬਟ ਇੱਥੇ ਤਾਂ 4 ਹੈ ਨਹੀਂ ਠੀਕ ਹੈ ਜੀ ਬਟ ਜੇ ਆਪਾਂ ਇਹਦੀ ਗੱਲ ਕਰੀਏ ਵੀ ਇਹ ਕਿਸੇ ਨੰਬਰ ਨੂੰ ਡਿਪੈਕਟ ਕਰ ਰਹੇ ਆ ਜੇ ਮੈਂ ਗੱਲ ਕਰਾਂ ਵੀ ਉਹ ਕਿਹੜੇ ਨੰਬਰ ਹੋ ਸਕਦੇ ਆ ਜਿਵੇਂ ਕਿ ਇੱਕ ਤਾਂ ਹੁੰਦੇ ਪ੍ਰਾਈਮ ਨੰਬਰ ਤੇ ਜੇ ਤੁਸੀਂ ਆਹ ਵੇਖੋ ਵੀ ਇਹ ਜਿਹੜੇ ਵੀ ਨੰਬਰ ਹੈਗੇ ਆ ਵੀ ਇਹ ਔਡ ਨੰਬਰ ਦੇ ਜਿਹੜੇ ਕਹਿ ਸਕਦੇ ਆ ਕਿ ਸਕੁਅਰ ਇਹ ਲੱਗ ਰਿਹਾ ਠੀਕ ਹੈ ਜੀ ਜਿਵੇਂ ਕਿ ਮੈਂ ਦੱਸ ਦਿੰਨਾ ਇੱਕ ਵਾਰ ਆਹ ਵੇਖੋ ਜੀ ਆ ਜਿਵੇਂ ਕਿ ਇੱਕ ਤੋਂ ਬਾਅਦ ਕੀ ਆਉਂਦਾ ਜੀ 3 ਠੀਕ ਹੈ ਜੀ ਕਿਉਂਕਿ ਇਹ ਔਡ ਨੰਬਰ ਦੀ ਆਪਾਂ ਗੱਲ ਕਰ ਰਹੇ ਆਂ ਇੱਕ ਤੋਂ ਬਾਅਦ 3 ਫਿਰ ਆ ਗਿਆ 5 ਫਿਰ ਆ ਗਿਆ 7 ਫਿਰ ਉਸ ਤੋਂ ਬਾਅਦ ਆ ਗਿਆ 9 ਸੋ ਆਪਾਂ ਇਹਦਾ ਜੇ ਸਕੁਅਰ ਵੇਖੀਏ ਠੀਕ ਹੈ ਜੀ 3 ਦਾ ਸਕੁਅਰ ਕਿੰਨਾ ਹੁੰਦਾ ਜੀ 3 ਦਾ ਸਕੁਅਰ ਹੁੰਦਾ 9 ਜੇ ਆਪਾਂ 5 ਦਾ ਸਕੁਅਰ ਵੇਖੀਏ ਉਹ ਕਿੰਨਾ ਹੁੰਦਾ ਜੀ ਹੁੰਦਾ ਹੈ 25 ਜੇ ਆਪਾਂ ਐਵੇਂ ਹੀ 7 ਦਾ ਸਕੁਅਰ ਵੇਖੀਏ 7 ਦਾ ਸਕੁਅਰ ਕਿੰਨਾ ਹੁੰਦਾ ਜੀ ਇਹ ਹੁੰਦਾ 49 ਸੋ ਆਪਣਾ ਇਸ ਤੋਂ 49 ਤੋਂ ਬਾਅਦ ਹੀ ਪੁੱਛਿਆ ਜਾ ਰਿਹਾ ਸੋ 9 ਦਾ ਸਕੁਅਰ ਕੀ ਹੋਊਗਾ ਜੇ ਮੈਂ ਗੱਲ ਕਰਾਂ 9 ਦੀ ਸੋ ਥੋੜਾ ਜਿਹਾ ਮੇਰੀ ਰਾਈਟਿੰਗ ਗੰਦੀ ਆਏ ਵੀ ਥੋੜਾ ਤੁਸੀਂ ਥੋੜਾ ਬਹੁਤ ਕੰਪਰੋਮਾਈਜ਼ ਕਰ ਲਿਓ ਮੈਂ ਨਾਲ-ਨਾਲ ਬੋਲੀ ਰਿਹਾ ਸੋ ਤੁਸੀਂ ਨਾਲ ਦੇ ਨਾਲ ਇਹਨੂੰ ਲਿਖ ਵੀ ਲੈਣਾ ਹੈ ਵੀ ਇਹ ਕੁਐਸਚਨ ਹੈਗੇ ਨੇ ਵੀ ਹਰ ਇੱਕ ਐਗਜ਼ਾਮ ਦੇ ਵਿੱਚ ਪੁੱਛੇ ਗਏ ਹੋਏ ਨੇ ਸੋ ਇਹ ਪ੍ਰੀਵਿਅਸ ਇਅਰ ਹੀ ਹੈਗੇ ਆ ਵੀ ਜਿਹੜੇ ਆਪਾਂ ਆ ਗੱਲ ਕਰ ਰਹੇ ਆ ਵਰਡ ਅਟੈਂਡੈਂਟ ਬੀਆਰ ਐਂਟ੍ਰੈਂਸ ਤੇ ਪਟਵਾਰੀ ਸੋ ਮੈਂ ਇਹਨਾਂ ਦੇ ਵਿੱਚੋਂ ਹੀ ਆ ਜਿਹੜੇ ਕੁਐਸਚਨ ਨੇ ਮੈਂ ਉੱਥੋਂ ਚੱਕੇ ਹੋਏ ਆ ਸੋ ਆ 9 ਦਾ ਜਿਹੜਾ ਸਕੁਅਰ ਹੋ ਕਿੰਨਾ ਹੋ ਸਕਦਾ ਜੇ 9 ਨੂੰ 9 ਨਾਲ ਮਲਟੀਪਲਾਈ ਕਰੀਏ ਹੋਵੇ ਅੰਦਾਜ਼ੀ 81 ਸੋ ਆਪਣੇ ਆਪਸ਼ਨ ਦੇ ਵਿੱਚ ਹੈ ਕਿ ਤੇ 89 ਆਪਸ਼ਨ A ਵੀ ਗਲਤ ਆ B ਜਿਹੜਾ ਆਪਸ਼ਨ ਆ ਤੁਹਾਡਾ ਉਹ ਸਹੀ ਆ ਠੀਕ ਆ ਜੀ ਇੱਥੇ ਕੀ ਆ ਤੁਹਾਡਾ ਜਿਹੜਾ ਸਹੀ ਜਵਾਬ ਆ ਆਪਸ਼ਨ ਨੰਬਰ B 81 ਇਜ਼ ਦਾ ਰਾਈਟ ਆਨਸਰ ਹੁਣ ਚੱਲਦੇ ਆਪਾਂ दे सैकेंड क्वेश्चन पर मैं एक बार रफ कर देना सो so, जोड़ा अज का अपना सैकेंड क्वेश्चन है ये की है जी जो ऑप्शन नंबर टू है भी सीरीज़ का ही क्वेश्चन है नंबर सीरीज़ का क्वेश्चन है सो वेखो ती चार सत्त बारह उन्नी उन्नी दे अठाई सो इन दप्शन है वह वेख सकते हो तीस ऑप्शन नंबर ए की है जी ती ऑप्शन नंबर बी ਇਹ ਹੈ 36 অপশন নাম্বার সি ਇਹ ਹੈ 39 ঠিক ਹੈ ਜੀ অপশন নাম্বার ডি ਹੈ ਇਹ ਹੈ 49 ਸੋ ਤੁਸੀਂ ਵੇਖੋ ਵੀ ਇਹਨਾਂ ਦੇ ਵਿੱਚ ਡਿਫਰੈਂਸ ਕਿੰਨਾ ਆ ਰਿਹਾ ਮੈਂ ਇੱਕ ਵਾਰ ਆ ਜਿਹੜੀ ਸੀਰੀਜ਼ ਹੈ ਵੀ ਇਹਨੂੰ ਨਾ ਇੱਕ ਵਾਰ ਮੈਂ ਲਿਖ ਦਿੰਦਾ ঠিক ਹੈ ਜੀ ਇੱਕ ਵਾਰ ਤੁਹਾਨੂੰ ਮੈਂ ਥੱਲੇ ਵਿਖਦਾ 4 7 12 19 ਤੇ 28 ਸੋ ਜੇ ਮੈਂ ਡਿਫਰੈਂਸ ਵੇਖਾਂ ਇਹਨਾਂ ਦੇ ਵਿੱਚੋਂ ਡਿਫਰੈਂਸ ਵੇਖੋ ਕਿੰਨਾ 4 4 ਦੇ ਵਿੱਚ ਜੇ ਆਪਾਂ ਪਲੱਸ ਕੀਤਾ 3 ਠੀਕ ਹੈ ਜੀ ਇੱਥੇ ਹੋਇਆ ਪਲੱਸ 3 ਜੇ 7 ਦੇ ਵਿੱਚੋਂ ਜੇ ਆਪਾਂ 12 ਕਰੀਏ ਠੀਕ ਹੈ ਜੀ ਕਿੰਨਾ ਹੋ ਗਿਆ 7 8 9 10 11 12 ਕਿੰਨੇ ਹੋ ਗਏ ਜੀ 3 ਸਿਗੇ ਇੱਥੇ ਕਿੰਨੇ ਬਣ ਰਿਹਾ ਪਲੱਸ 5 ਕਿੰਨੇ ਬਣੇ ਜੀ ਪਲੱਸ 5 ਜੇ ਮੈਂ ਇੱਥੇ ਇਹਨਾਂ ਨੂੰ ਜੋੜਾਂ ਇਹ ਕਿੰਨੇ ਬਣ ਰਿਹਾ 12 13 14 15 16 17 18 19 ਕਿੰਨੇ ਬਣੇ ਜੀ ਇਹ ਬਣ ਗਏ 7 ਠੀਕ ਹੈ ਜੀ ਮੈਂ ਇਹ ਵੈਸੇ ਤਾਂ ਦੱਸ ਰਿਹਾ ਵੀ ਤੁਹਾਨੂੰ ਥੋੜਾ ਬਹੁਤ ਜਿਹੜੇ ਬੇਸਿਕ ਤੋਂ ਸਿੱਖ ਰਿਹਾ ਵੀ ਉਹਨਾਂ ਨੂੰ ਪਤਾ ਲੱਗ ਜਵੇ ਠੀਕ ਹੈ ਜੀ ਸੋ ਇੱਥੇ ਕਿੰਨਾ ਬਣਿਆ ਇੱਥੇ ਪਲੱਸ ਕਿੰਨਾ ਹੋਇਆ ਇੱਥੇ ਹੋਇਆ ਪਲੱਸ 7 ਸੋ ਇੱਥੇ ਕਿੰਨਾ ਹੋ ਗਿਆ ਪਲੱਸ ਇੱਥੇ ਪਲੱਸ ਹੋ ਗਿਆ 9 ਜੇ ਤੁਸੀਂ ਇਹਨਾਂ ਅਜੇ ਵੇਖੋ ਵੀ ਇਹਨਾਂ ਦੇ ਵਿੱਚੋਂ 2 2 ਪਲੱਸ ਹੋ ਰਿਹਾ ਵੀ ਸਾਰੇ ਇਹ ਜਿਹੜੀ ਸੀਰੀਜ਼ ਹੈ ਵੀ ਇਹਨਾਂ ਦੇ ਵਿੱਚੋਂ ਵੀ ਪਹਿਲਾਂ ਤਾਂ ਇੱਥੇ 3 ਪਲੱਸ ਹੋਇਆ ਤੇ ਇੱਥੇ ਫਿਰ 5 ਪਲੱਸ ਹੋਇਆ ਫਿਰ ਇੱਥੇ 7 ਪਲੱਸ ਹੋਇਆ ਤੇ ਫਿਰ ਇੱਥੇ 9 ਪਲੱਸ ਹੋ ਰਿਹਾ ਠੀਕ ਹੈ ਜੀ ਕਿਉਂਕਿ ਇਹਨਾਂ ਦੇ ਵਿੱਚ ਡਿਫਰੈਂਸ ਆਪਾਂ ਨੂੰ ਇਹੀ ਵੇਖਣ ਨੂੰ ਮਿਲ ਰਿਹਾ ਹੈ ਨਾ ਜੀ ਸੋ ਜੇ ਆਪਾਂ ਇੱਥੇ ਗੱਲ ਕਰੀਏ ਠੀਕ ਹੈ ਜੀ 4 ਤੋਂ ਬਾਅਦ 7 7 ਤੋਂ ਬਾਅਦ ਆ ਗਿਆ 12 12 ਤੋਂ ਬਾਅਦ 19 19 ਤੋਂ ਬਾਅਦ 28 ਤੇ ਹੁਣ ਇਹ ਗੱਲ ਪੁੱਛੀ ਆਈ ਹੈ ਵੀ 28 ਤੋਂ ਬਾਅਦ ਕੀ ਆ ਸਕਦਾ ਠੀਕ ਹੈ ਜੀ ਜੇ 28 ਦੇ ਵਿੱਚੋਂ ਆਪਾਂ ਜੇ 11 ਪਲੱਸ ਕਰੀਏ ਕਿਉਂਕਿ ਇੱਥੇ ਦਾ 9 ਆ ਤੇ 9 ਦੇ ਵਿੱਚ ਜੇ ਮੈਂ ਪਲੱਸ ਕਰਾਂ 2 ਠੀਕ ਹੈ ਜੀ ਕਿਉਂਕਿ 9 ਦੇ ਵਿੱਚ ਜੇ ਆਪਾਂ 2 ਪਲੱਸ ਕਰੀਏ ਕਿਉਂਕਿ ਸਾਰਿਆਂ ਦੇ ਵਿੱਚ ਕੀ ਹੋ ਰਿਹਾ ਵੀ ਇੱਕ ਤਾਂ ਇਹ ਹੈ 3 5 ਕਿਉਂਕਿ 2 2 ਪਲੱਸ ਹੀ ਹੁੰਦੇ ਆ ਰਹੇ ਹਨ ਸੋ ਇੱਥੇ ਆਪਾਂ ਕੀ ਕਰਾਂਗੇ ਵੀ ਪਲੱਸ ਹੋਰ 2 ਕਰ ਦਾਂਗੇ ਸੋ 9 ਦੇ ਵਿੱਚ ਕਿੰਨੇ ਹੋਗੇ ਇਹ 11 ਹੋਗੇ ਹੁਣ ਆਪਾਂ ਕੀ ਕਰਦੇ ਆ ਵੀ 28 ਦੇ ਵਿੱਚ 11 ਪਲੱਸ ਕਰਦੇ ਆ ਆ 28 ਦੇ ਵਿੱਚ ਜੇ ਆਪਾਂ 11 ਪਲੱਸ ਕੀਤਾ ਕਿੰਨਾ ਆ ਗਿਆ 39 39 ਹੈ ਕਿਤੇ ਆਪਣਾ ਕੁਐਸਚਨ ਦੇ ਵਿੱਚ অপਸ਼ਨ ਨੰਬਰ A ਵੀ ਹਾਂ ਆਹ ਦੇਖੋ ਜੀ C ਦੇ ਵਿੱਚ ਤੁਹਾਨੂੰ ਜਿਹੜਾ ਤੁਹਾਡਾ ਜਵਾਬ ਸੀਗਾ ਉਹ ਮਿਲ ਗਿਆ ਸੋ ਆਪਣਾ ਜਿਹੜਾ ਸਹੀ ਜਵਾਬ ਕੀ ਆ অপਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹੁਣ ਚੱਲਦੇ ਹਾਂ ਉਮੀਦ ਆ ਤੁਹਾਨੂੰ ਆਹ ਵਾਲਾ ਜਿਹੜਾ ਕੁਐਸਚਨ ਇਹ ਵੀ ਸਮਝ ਲੱਗ ਗਿਆ ਹੋਵੇਗਾ ਜੇ ਫਿਰ ਵੀ ਤੁਹਾਨੂੰ ਕੋਈ ਕੁਐਸਚਨ ਨਹੀਂ ਸਮਝ ਆਉਂਦਾ ਤੁਸੀਂ ਕਮੈਂਟ ਕਰਕੇ ਆਪਾਂ ਨੂੰ ਜਰੂਰ ਤੋਂ ਦੱਸ ਸਕਦੇ ਹੋ ਵੀ ਆਪਾਂ ਨੈਕਸਟ ਡੇ ਉਹਨੂੰ ਡਿਸਕਸ ਕਰ ਲਾਂਗੇ ਚਲੋ ਵੈਸੇ ਵੀ ਇਹ ਜਿਹੜੇ ਹੁਣ ਆਪਾਂ ਕੁਐਸਚਨ ਕਰ ਰਹੇ ਹਾਂ ਬਹੁਤ ਹੀ ਬੇਸਿਕ ਕੁਐਸਚਨ ਨੈਕਸਟ ਕੁਐਸਚਨ ਤੇ ਜਿਹੜਾ ਕਿ ਆਪਣਾ ਕੁਐਸਚਨ ਨੰਬਰ ਹੋਏਗਾ 3rd ਠੀਕ ਹੈ ਜੀ ਕੁਐਸਚਨ ਨੰਬਰ 3rd ਦੀ ਗੱਲ ਕਰਦੇ ਆਪਾਂ ਹੁਣ ਸੋ ਜਿਹੜਾ ਕੁਐਸਚਨ ਨੰਬਰ 3rd ਹੈ ਵੀ ਇਹ ਅਲਫਾਬੈਟ ਸੀਰੀਜ਼ ਦਾ ਕੁਐਸਚਨ ਹੈ ਵੀ ਆਪਾਂ ਇਹਨੂੰ ਵੀ ਡਿਸਕਸ ਕਰ ਲੈਣੇ ਆ ਸੋ ਇਹ ਕੁਐਸਚਨ ਨੰਬਰ 3rd ਦੀ ਗੱਲ ਕਰਦੇ ਆ ਆਪਾਂ ਇਹ ਜਿਹੜਾ ਲੈਕਚਰ ਫਸਟ ਹੈ ਮੈਂ ਇਹਨੂੰ ਰੇਸ ਕਰ ਦਿੰਨਾ ਇੱਕ ਵਾਰ ਜਿਹੜਾ ਆਪਣਾ ਲੈਕਚਰ ਫਸਟ ਠੀਕ ਹੈ ਜੀ ਅੱਜ ਅੱਜ ਦਾ ਜਿਹੜਾ ਆਪਣਾ 3rd ਕੁਐਸਚਨ ਹੈ ਵੀ ਮੈਂ ਇੱਕ ਵਾਰ ਦੱਸ ਦਿੰਨਾ ਵੀ ਇਹ ਤਾਂ ਹੈ ਖਾਲੀ ਖਾਲੀ ਤੁਸੀਂ ਇਹੋ ਜੇ ਜਿਹੜੀਆਂ ਆਪਸ਼ਨਾਂ ਹੋਣਗੀਆਂ ਵੀ ਤੁਸੀਂ ਇਹੋ ਜੀ ਆਪਸ਼ਨ ਵੀ ਜਿਹੜੀਆਂ ਸੀਕੁਐਂਸ ਆ ਉਹ ਕੰਪਲੀਟ ਹੋ ਜੇ ਸੋ ਖਾਲੀ ਖਾਲੀ ਤੋਂ ਬਾਅਦ A B A ਠੀਕ ਹੈ ਜੀ ਇਸ ਤੋਂ ਬਾਅਦ ਫਿਰ ਖਾਲੀ ਤੇ ਫਿਰ ਖਾਲੀ ਫਿਰ ਆ ਗਿਆ B ਫਿਰ ਆਇਆ A ਮੈਂ ਬਹੁਤਾ ਛੋਟਾ ਤਾਂ ਨਹੀਂ ਲਿਖ ਰਿਆ ਨਾ ਜੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਕਿਉਂਕਿ ਮੈਨੂੰ ਵੀਡੀਓ ਬਣਾਉਂਦੇ ਟਾਈਮ ਪਤਾ ਲੱਗ ਨਹੀਂ ਰਿਹਾ ਸੋ B A ਖਾਲੀ ਤੇ A ਤੇ B ਠੀਕ ਹੈ ਜੀ A ਤੇ B ਹੁਣ ਜਿਹੜੀਆਂ ਇਹਦੀਆਂ ਆਪਸ਼ਨਾਂ ਹੈਗੀਆਂ ਮੈਂ ਉਹ ਦੱਸ ਦਿੰਨਾ ਇੱਕ ਵਾਰ অপশন নাম্বার এ হ এ বি 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 এ অপশন নাম্বার ਜਿਹੜੀ ਬੀ ਹੈ ਉਹ ਕੀ ਹੈ এ ਬੀ ਬੀ এ ਬੀ অপশন নাম্বার ਜਿਹੜੀ ਸੀ ਹੈ ਉਹਦੇ ਵਿੱਚ ਹੈ ਬੀ এ এ ਬੀ ਬੀ অপশন নাম্বার ਜਿਹੜੀ ਡੀ ਹੈ ਉਹਦੇ ਵਿੱਚ ਹੈ ਤੁਹਾਡਾ ਬੀ ਬੀ এ ਬੀ এ ਬੀ ਬੀ এ ਬੀ ਐ ਸੋ ਤੁਸੀਂ ਸੋਚ ਕੇ ਦੱਸਣਾ ਹੈ ਵੀ ਜਿਹੜਾ ਇੱਥੇ ਜਿਹੜਾ ਤੁਹਾਡਾ ਜਵਾਬ ਹੈ ਉਹ ਕਿਹੜਾ ਹੋ ਸਕਦਾ ਹੈ ਸੋ ਸਾਰਿਆਂ ਨਾਲ ਪਹਿਲਾਂ ਤੁਸੀਂ ਕੀ ਕਰਨਾ ਹੈ ਵੀ ਪਹਿਲਾਂ ਇਹ ਸਾਰੇ ਜਿਹੜੇ ਵਰਡ ਹੋਣਗੇ ਵੀ ਇਹਨਾਂ ਸਾਰਿਆਂ ਨੂੰ ਤੁਸੀਂ ਕਾਊਂਟ ਕਰ ਲੈਣਾ ਹੈ ਆਹ ਵੇਖੋ 1 2 3 4 5 6 7 8 9 10 11 12 ਇਹ ਕਿੰਨੇ ਬਣ ਗਏ ਜੀ ਇਹ ਟੋਟਲ ਹੋ ਗਏ 12 ਸੋ ਤੁਸੀਂ ਵੇਖੋ ਵੀ ਇਹਦੇ ਤੁਸੀਂ ਕਿੰਨੇ ਪੇਅਰ ਬਣਾ ਸਕਦੇ ਹੋ ਇੱਕ ਤਾਂ ਇਹਦਾ ਬਣ ਜਾਏਗਾ ਦੋ ਦਾ ਪੇਅਰ ਠੀਕ ਹੈ ਜੀ ਦੋ ਦਾ ਪੇਅਰ ਬਣ ਸਕਦਾ ਇੱਕ ਤਾਂ ਠੀਕ ਹੈ ਜੀ ਯਾ 2 2 ਦਾ ਪੇਅਰ ਬਣ ਸਕਦਾ ਤੇ 1 ਬਣ ਸਕਦਾ ਜੀ 3 ਦਾ ਪੇਅਰ 3 ਨੂੰ ਆਪਾਂ 4 ਨਾਲ ਮਲਟੀਪਲਾਈ ਕਰਾਂਗੇ ਫਿਰ ਬਣ ਸਕਦਾ ਯਾ ਦਾ ਫਿਰ ਕਹਿ ਸਕਦੇ ਆ ਅ ਬਸ ਆ ਦੋ ਪਿਆਰੀ ਬਣਨ ਗਈਆਂ ਜਾਂ ਫਿਰ 6 ਦਾ ਕਹਿ ਸਕਦੇ ਆ ਵੀ 6 ਦੇ ਦੋ ਪੇਅਰ ਬਣ ਸਕਦੇ ਆ ਸੋ ਆਪਾਂ ਸ਼ੁਰੂ ਤੋਂ ਕਰਦੇ ਆ ਵੀ ਪਹਿਲਾਂ ਆਪਾਂ 2 ਦਾ ਪੇਅਰ ਬਣਾਵਾਂਗੇ ਜੇ 2 ਦੇ ਪੇਅਰ ਨਾਲੇ ਜੇ ਤੁਹਾਡਾ ਜਿਹੜਾ ਜਵਾਬ ਆ ਜਾਂਦਾ ਫਿਰ ਠੀਕ ਆ ਆਦਰਵਾਇਜ਼ ਆਪਾਂ ਹੋਰ ਪੇਅਰ ਬਣਾ ਕੇ ਵੇਖਦੇ ਆ ਠੀਕ ਆ ਜੀ ਜਿਵੇਂ ਆ ਖਾਲੀ-ਖਾਲੀ ਸੀ ਠੀਕ ਆ ਸੋ ਆ ਜਿਵੇਂ ਵੇਖ ਸਕਦੇ ਹੋਂ ਖਾਲੀ ਖਾਲੀ ਪਹਿਲਾਂ ਆਪਾਂ ਇਹਨਾਂ ਦੋਵਾਂ ਨੂੰ ਫਿਰ ਇਹਨਾਂ ਦੋਵਾਂ ਨੂੰ ਫਿਰ ਇੱਥੇ ਇੱਥੇ ਠੀਕ ਹੈ ਜੀ ਆ ਦੋ ਦੋ ਦੇ ਪੇਅਰ ਬਣਾ ਲਏ ਸੋ ਹੁਣ ਤੁਸੀਂ ਕੀ ਕਰਨਾ ਹੈ ਵੀ ਇਹਨਾਂ ਨੂੰ ਵਿੱਚ ਫਿਲ ਕਰਕੇ ਵੇਖੋ ਸੋ ਪਹਿਲਾਂ ਆਪਾਂ ਇੱਥੇ ਫਿਲ ਕੀਤਾ ਏ ਏ ਕਿਸੀ ਏ ਬੀ ਫਿਰ ਇਸ ਤੋਂ ਬਾਅਦ ਕੀ ਆ ਗਿਆ ਸੀ ਬੀ 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 ਏ ਸੋ ਵੇਖੋ ਕੀ ਇਹਨਾਂ ਦਾ ਪੇਅਰ ਬਣ ਰਿਹਾ ਹੈ ਇਹਨਾਂ ਦਾ ਜਿਹੜਾ ਵੀ ਆਪਣਾ ਕੁਐਸਚਨ ਸੀ ਏ ਬੀ ਏ ਬੀ ਏ AB 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 BB AA AB ਸੋ ਇਹ ਇਹਨਾਂ ਦਾ ਕੋਈ ਪੇਅਰ ਬਣ ਨਹੀਂ ਰਿਹਾ ਹੁਣ ਆਪਾਂ ਇਹਨੂੰ ਰੇਜ਼ ਕਰ ਦਿੰਨੇ ਆ ਆਪਾਂ ਜਿਹੜੀ ਦੂਜੀ ਆਪਸ਼ਨ ਸੀਗੀ ਵੀ ਉਹਨੂੰ ਆਪਾਂ ਭਰ ਕੇ ਵੇਖਦੇ ਆ ਫਿਲ ਕਰਕੇ ਵੇਖਦੇ ਆ ਇੱਕ ਵਾਰ ਸੋ ਮੈਂ ਇੱਕ ਵਾਰ ਇਹਨੂੰ ਰੇਜ਼ ਕਰ ਦਿੰਨਾ ਆ ਜਿਹੜੀ ਖਾਲੀ ਥਾਵਾਂ ਸੀਗੀਆਂ ਮੈਂ ਉਹਨਾਂ ਨੂੰ ਇੱਕ ਵਾਰ ਰੇਜ਼ ਕਰ ਦਿੰਨਾ ਠੀਕ ਹੈ ਜੀ ਹੁਣ ਆਪਾਂ ਕੀ ਕਰਦੇ ਆ ਵੀ ਆਪਸ਼ਨ ਨੰਬਰ ਜਿਹੜੀ 2 ਹੈ ਵੀ ਉਹਨੂੰ ਫਿਲ ਕਰਕੇ ਵੇਖਦੇ ਆ ਸੋ ਇੱਥੇ ਕੀ ਸੀ A AB b ab bab b a b ab 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 ਸੋ ਹੁਣ ਤੁਸੀਂ ਸਮਝ ਗਏ ਹੋਗੇ ਨਾ ਕਿ ਹਾਂ ਵੀ ਜਿਹੜੇ ਵੀ ਇਹ ਪੇਅਰ ਵਾਲੇ ਕੁਐਸਚਨ ਹੁੰਦੇ ਆ ਜੇ ਤਾਂ ਇਹ ਜੇ ਆਪਾਂ ਸਾਰੇ ਹੀ ਟਰਾਈ ਕਰਨੇ ਸੀ ਜੇ ab ਨਾ ਹੁੰਦਾ ab ਨਾ ਹੁੰਦਾ ਫਿਰ ਆਪਾਂ ਕੀ ਕਰ ਸਕਦੇ ਸੀਗੇ ਪਹਿਲਾਂ ਤਾਂ ਆਪਾਂ ਦੋ ਦਾ ਪੇਅਰ ਬਣਾਇਆ ਸੀ ਨਾ ਆ ਜਿਵੇਂ ਕਿ ਦੋ-ਦੋ ਦੇ ਆਪਾਂ ਪੇਅਰ ਬਣਾ ਰਹੇ ਸੀਗੇ ਹੁਣ ਦੇ ਟਾਈਮ 'ਚ ਕਿੰਨੇ ਦੇ ਪੇਅਰ ਬਣਾ ਰਹੇ ਸੀ ਦੋ-ਦੋ ਦੇ ਪੇਅਰ ਬਣਾ ਰਹੇ ਸੀਗੇ ਤੇ ਇਸ ਤੋਂ ਬਾਅਦ ਕੀ ਕਰਨਾ ਸੀ ਆਪਾਂ ਆਪਾਂ ਤਿੰਨ-ਤਿੰਨ ਦੇ ਪੇਅਰ ਬਣਾ ਕੇ ਵੇਖਣੇ ਸੀਗੇ ਤਿੰਨ-ਤਿੰਨ ਦੇ ਚਾਰ ਪੇਅਰ ਬਣਾਉਣੇ ਸੀਗੇ ਜੇ ਉਹ ਵੀ ਨਾ ਮੈਚ ਕਰਦਾ ਫਿਰ ਆਪਾਂ 6 ਦੇ ਦੋ ਪੇਅਰ ਬਣਾਉਣੇ ਸੀਗੇ ਜੇ ਤੁਸੀਂ ਐਵੇਂ ਕਰਦੇ ਹੋ ਤੇ ਕੋਈ ਨਾ ਕੋਈ ਜਿਹੜਾ ਪੇਅਰ ਹੋਊਗਾ ਵੀ ਉਹ ਜਿਹੜਾ ਉਹਦਾ ਸਹੀ ਜਵਾਬ ਹੈ ਉਹ ਕੋਈ ਨਾ ਕੋਈ ਤਾਂ ਉਹਦਾ ਜਿਹੜਾ ਜਵਾਬ ਹੈ ਉਹ ਹੋ ਸਕਦਾ ਠੀਕ ਹੈ ਜੀ ਸੋ ਇਹਦਾ ਜਿਹੜਾ ਸਹੀ ਜਵਾਬ ਹੈ ਉਹ ਤਾਂ ਆਪਾਂ ਦਾ ਆ ਹੀ ਗਿਆ ਜਿਹੜਾ ਆਪਸ਼ਨ ਨੰਬਰ B ਹੈ ਇਹ ਕੀ ਹੈ ਇਹਦਾ ਸਹੀ ਜਵਾਬ ਹੈ ਠੀਕ ਹੈ ਜੀ ਸਮਝ ਲੱਗ ਗਈ ਹੋएगी ਤੁਹਾਨੂੰ ਹੁਣ ਆਪਾਂ ਚੱਲਦੇ ਹਾਂ ਅੱਜ ਦੇ ਆਪਣੇ ਨ ਹੁਣ ਵੇਖਦੇ ਆ ਆਪਾਂ ਚੌਥਾ ਕੁਐਸਚਨ ਵੀ ਇਹ ਕੁਝ ਅਲਫਾਬੈਟ ਸੀਰੀਜ਼ ਦਾ ਹੀ ਆ ਸੋ ਇਹਦੇ ਬਾਰੇ ਵੀ ਆਪਾਂ ਡਿਸਕਸ ਕਰ ਲੈਣੇ ਆ ਸੋ ਵੇਖੋ ਕੁਐਸਚਨ ਨੰਬਰ 4 ਇਹ ਹੈ ਖਾਲੀ A A ਖਾਲੀ B A ਫਿਰ ਖਾਲੀ ਫਿਰ B ਤੇ B ਫਿਰ ਖਾਲੀ A ਤੇ B ਫਿਰ ਖਾਲੀ ਏ ਏ ਤੇ ਬੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਪਹਿਲਾਂ ਮੈਂ ਉਹ ਆਪਸ਼ਨਾਂ ਦੱਸ ਦਿੰਨਾ ਇਹਦੀਆਂ ਏ ਆਪਸ਼ਨ ਹੈ ਏ ਏ ਏ ਬੀ ਬੀ ਆਪਸ਼ਨ ਨੰਬਰ ਜਿਹੜੀ ਬੀ ਹੈ ਉਹ ਕੀ ਹੈ ਆਪਸ਼ਨ ਨੰਬਰ ਬੀ ਦੇ ਵਿੱਚ ਬੀ ਏ ਬੀ ਏ ਬੀ ਬੀ ਏ ਬੀ ਏ ਬੀ ਆਪਸ਼ਨ ਨੰਬਰ ਸੀ ਦੇ ਵਿੱਚ ਹੈ ਬੀ 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 ਏ bb aab ਠੀਕ ਹੈ ਜੀ bb aab ਠੀਕ ਹੈ ਜੀ ਹੁਣ ਜਿਹੜੀ ਆਪਸ਼ਨ ਨੰਬਰ d ਹੈ ਉਹ ਕੀ ਹੈ bb baa bb b a a ਠੀਕ ਹੈ ਜੀ ਇਹ ਤੁਸੀਂ ਕੁਐਸਚਨ ਵੇਖ ਲਓ ਇੱਕ ਵਾਰ ਧਿਆਨ ਨਾਲ ਵੀ ਜਿਹੜਾ ਇਹ ਕੁਐਸਚਨ ਹੈਗਾ ਵੀ ਇਹਦੇ ਵਿੱਚ ਕੀ ਪੁੱਛਿਆ ਜਾ ਰਿਹਾ ਵੀ ਤੁਸੀਂ ਇਹੀ ਪੇਅਰ ਪੇਅਰਿੰਗ ਬਣਾਉਣੀ ਹੈ ਠੀਕ ਹੈ ਜੀ ਪਹਿਲਾਂ ਤਾਂ ਸਾਰੇ ਤੁਸੀਂ ਨੰਬਰ ਕਾਊਂਟ ਕਰੋ 1 2 3 4 5 6 7 8 9 10 11 12 13 14 15 16 16 ਹੈਗੇ ਨਾ ਜੀ 16 ਦੇ ਵਿੱਚ ਜਾਂ ਤਾਂ ਫਿਰ ਤੁਸੀਂ 2 ਦੇ pair ਬਣਾ ਸਕਦੇ ਹੋ 2 ਦੇ 8 pair ਬਣਾ ਲਓ ਜਾਂ ਫਿਰ 4 ਦੇ ਕਿੰਨੇ ਬਣ ਸਕਦੇ ਆ ਕਿੰਨੇ ਸਕੇ 16 ਸੀ 4 ਦੇ 4 ਬਣਾ ਲਓ ਜਾਂ ਫਿਰ ਤੁਸੀਂ 8 ਦੇ 2 8 ਦੇ 2 ਬਣ ਹੀ ਗਿਆ ਠੀਕ ਹੈ ਜੀ ਜਾਂ ਫਿਰ ਤੁਸੀਂ 8 ਦੇ 2 ਬਣਾ ਲਓ ਆ ਵੀ ਪੋਸਿਬਿਲਟੀ ਹੈ ਨਾ ਜੀ ਕਿਉਂਕਿ 3 ਦੇ ਟੇਬਲ 'ਚ ਤਾਂ ਹੋ ਨਹੀਂ ਸਕਦਾ 3 ਦੇ ਟੇਬਲ 'ਚ 16 ਨਹੀਂ ਆਉਂਦਾ ਨਹੀਂ ਸੋ ਆਪਾਂ ਅਨੁਸਾਰ ਹੀ ਟਰਾਈ ਕਰਕੇ ਵੇਖ ਲੈਣਾ ਇੱਕ ਵਾਰ ਪਹਿਲਾਂ 2 ਦਾ ਆਪਾਂ ਟਰਾਈ ਕਰਕੇ ਵੇਖਦੇ ਆਂ ਜਿਵੇਂ ਕਿ ਆਹ ਦੋ ਸਿਗੇ ਆਪਸ਼ਨ ਆ ਆਹ ਏ ਏ ਤੇ ਇਹ ਤਾਂ ਹੋ ਨਹੀਂ ਸਕਦਾ ਕਿਉਂ ਨਹੀਂ ਹੋ ਸਕਦਾ ਪਹਿਲਾਂ ਆਪਾਂ ਇੱਕ ਵਾਰ ਵੈਸੇ ਟਰਾਈ ਕਰਕੇ ਵੇਖ ਲੈਣੇ ਆ ਆਹ ਵੇਖੋ ਜੀ ਓਕੇ ਸੋ ਹੁਣ ਆਪਾਂ ਵੇਖਦੇ ਆ ਵੀ ਸਾਰਿਆਂ ਨਾਲ ਪਹਿਲਾਂ ਆਪਾਂ ਫਿਲ ਕਰਾਂਗੇ ਇੱਥੇ ਏ ਏ ਏ ਬੀ ਬੀ ਏ ਏ ਏ ਬੀ ਬੀ ਸੋ ਤੁਸੀਂ ਵੇਖੋ ਇਹਨੂੰ ਲੱਗ ਰਿਹਾ ਕਿ ਹਾਂ ਵੀ ਕੋਈ ਪੇਅਰ ਬਣ ਰਿਹਾ ਏ ਏ ਏ ਏ ਬੀ ਏ ਏ ਬੀ 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 ਏ ਬੀ ਨਹੀਂ ਬਣ ਰਿਹਾ ਕੋਈ ਪੇਅਰ ਹੁਣ ਆਪਾਂ ਇਹਨੂੰ ਰੇਜ਼ ਕਰ ਦਿੰਨੇ ਆ ਤੇ ਕੋਈ ਹੋਰ ਆਪਸ਼ਨ ਪਰ ਫਿਲ ਕਰਕੇ ਵੇਖਦੇ ਹਾਂ ਠੀਕ ਹੈ ਜੀ ਸੋ ਹੁਣ ਆਪਾਂ ਇੱਕ ਵਾਰ ਰੇਜ਼ ਕਰ ਦਿੰਨੇ ਆ ਸੋ ਇਹਨੂੰ ਰੇਜ਼ ਕਰਨ ਤੋਂ ਬਾਅਦ ਹੁਣ ਆਪਾਂ ਕੁਝ ਹੋਰ ਆਪਸ਼ਨ ਫਿਲ ਕਰਕੇ ਵੇਖਦੇ ਹਾਂ ਠੀਕ ਹੈ ਜੀ ਸੋ ਕੀ ਇਹ ਬੀ ਏ ਇੱਥੇ ਕੀ ਹੈ ਜੀ ਬੀ ਏ ਏ ਬੀ ਮੈਂ ਇੱਕ ਵਾਰ ਫੇਲ ਕਰ ਦਿੰਦਾ ਬੀ ਏ ਏ ਬੀ ਏ ਬੀ ਬੀ ਏ ਬੀ ਕੀ ਆਪਸ਼ਨ ਹੋ ਸਕਦੀ ਹੈ ਇਹਦਾ ਜਿਹੜਾ ਸਹੀ ਜਵਾਬ ਹੈ ਆ ਵੇਖਦੇ ਆਂ ਆਪਾਂ ਇੱਕ ਵਾਰ BA AE BA BB BA AB BA AB ਇਹ ਵੀ ਕੋਈ ਜੇ ਤੁਸੀਂ ਵੇਖੋ ਸੀਕੁਐਂਸ ਨਹੀਂ ਬਣ ਰਹੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਅਰੇਜ਼ ਕਰਕੇ ਆ ਜਿਹੜੀ ਤੀਜੀ ਆਪਸ਼ਨ ਹੈ ਉਹ ਫਿਲ ਕਰਕੇ ਵੇਖਦੇ ਆਂ ਜਿਹੜੀ ਤੀਜੀ ਆਪਸ਼ਨ ਹੈ ਉਹ ਆਪਾਂ ਇੱਕ ਵਾਰ ਫਿਲ ਕਰਕੇ ਵੇਖਦੇ ਆਂ ਸੋ ਇਹ ਆਪਾਂ ਰਫ ਕਰਤਾ ਹੁਣ ਆਪਾਂ ਵੇਖਦੇ ਆਂ BA 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 AB BA a b ਠੀਕ ਹੈ ਜੀ ਸੋ ਵੇਖੋ ਤੁਸੀਂ b a a b b a a b b a a b b a a b a ਦਾ ਕੁਝ ਤੁਹਾਨੂੰ ਲੱਗ ਰਿਹਾ ਹੈ ਨਾ ਕਿ ਹਾਂ ਵੀ ਸੀਕੁਐਂਸ ਬਣ ਰਹੀ ਹੈ ਬਟ ਆਪਾਂ ਮਿਸਟੈਕ ਕਿੱਥੇ ਕਰਤੀ ਵੀ ਆਪਾਂ ਦੋ ਦਾ ਨਹੀਂ ਕਰਨਾ ਸੀ ਆਪਾਂ ਚਾਰ ਦਾ ਕਰਨਾ ਸੀ ਬਟ ਆਪਾਂ ਨੂੰ ਪਤਾ ਕਿਵੇਂ ਲੱਗਣਾ ਸੀ ਆਪਾਂ ਇਹ ਸਾਰਾ ਕੁਝ ਵੇਖ ਕੇ ਅੱਗੇ ਪਤਾ ਲੱਗਣਾ ਸੀ ਨਾ ਕਿ ਹਾਂ ਵੀ ਇਹ ਚਾਰ ਦੀ ਬਣ ਰਹੀ ਆ ਜਿਵੇਂ ਆਹ ਵੇਖੋ b a a b ਕਿਉਂਕਿ ਮੈਂ ਤਾਂ ਹੁਣ ਜਦੋਂ ਪੜਿਆ ਉਦੋਂ ਹੀ ਪਤਾ ਲੱਗ ਗਿਆ ਕਿ ਹਾਂ ਵੀ a c b a a b b a a b ਉਸ ਤੋਂ ਬਾਅਦ ਫਿਰ B A A B ਐਂਡ B A A B ਹੁਣ ਤਾਂ ਤੁਹਾਨੂੰ ਲੱਗ ਹੀ ਹੋਏਗੀ ਸਮਝ ਸੋ ਆਪਣਾ ਜਿਹੜਾ ਸਹੀ ਜਵਾਬ ਹੈ ਉਹ ਕਿਹੜਾ ਬਣ ਗਿਆ অপਸ਼ਨ ਨੰਬਰ C ਹੈ ਜਿਹੜਾ ਤੁਹਾਡਾ ਯੋ ਜਿਹੜਾ ਹੈ ਸਹੀ ਜਵਾਬ ਹੈ ਠੀਕ ਹੈ ਜੀ ਹੁਣ ਆਪਾਂ ਚੱਲਦੇ ਹਾਂ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਇਹਨੂੰ ਮੈਂ ਰਫ ਕਰ ਦਿੰਨਾ ਸੋ ਹੁਣ ਆਪਾਂ ਅੱਜ ਦਾ ਵੇਖਦੇ ਹਾਂ 5th ਕੁਐਸਚਨ ਆ ਸੋ ਇਹ ਹੈ ਆਪਣਾ ਪੰਜਵਾਂ ਕੁਐਸਚਨ 8 13 21 32 47 63 ਤੇ 83 ਠੀਕ ਹੈ ਜੀ ਸੋ ਤੁਸੀਂ ਪਹਿਲਾਂ ਤਾਂ ਵੇਖੋ ਵੀ ਕੀ ਇਹ ਮਲਟੀਪਲੀਕੇਸ਼ਨ ਹੋ ਰਹੀ ਹੈ ਜੇ ਮੈਂ 8 ਨੂੰ 2 ਨਾਲ ਮਲਟੀਪਲਾਈ ਕਰਾਂ ਫਿਰ 16 ਨਹੀਂ ਆ ਰਿਹਾ ਵੀ ਠੀਕ ਹੈ 13 ਨੂੰ 26 13 ਨੂੰ 2 ਨਾਲ ਮਲਟੀਪਲਾਈ ਕੀਤੀ ਫਿਰ 21 ਆ ਰਿਹਾ ਨਹੀਂ ਆ ਰਿਹਾ ਸੋ ਆਪਾਂ ਕੁਝ ਹੋਰ ਵੇਖਦੇ ਹਾਂ ਇਹਨਾਂ ਦਾ ਆਪਾਂ ਡਿਫਰੈਂਸ ਵੇਖਦੇ ਹਾਂ ਵੀ ਪਹਿਲਾਂ ਜੇ ਤੁਸੀਂ ਵੇਖੋ ਵੀ ਇਹਨਾਂ ਦੇ ਵਿੱਚੋਂ ਡਿਫਰੈਂਸ ਕਿੰਨਾ ਆ ਰਿਹਾ ਇਹਨਾਂ ਦੇ ਵਿੱਚੋਂ ਜੇ ਤੁਸੀਂ ਵੇਖੋ ਇਹਨਾਂ ਦੇ ਵਿੱਚੋਂ ਜਿਹੜਾ ਡਿਫਰੈਂਸ ਆਏਗਾ ਉਹ ਆਏਗਾ 5 ਦਾ ਠੀਕ ਹੈ ਜੀ ਜੇ ਮੈਂ 13 ਤੋਂ ਬਾਅਦ 21 ਦੇ ਵਿੱਚ ਜੇ ਮੈਂ ਡਿਫਰੈਂਸ ਸੋ ਦੋਸਤੋ ਤੁਸੀਂ ਇਹਨਾਂ ਦੇ ਵਿੱਚੋਂ ਇਹ ਦੱਸਣਾ ਸੀ ਵੀ ਇਹਨਾਂ ਦੇ ਵਿੱਚੋਂ 에ਰਰ ਕਿਹੜਾ ਵੀ ਸਾਰੇ ਨੰਬਰ ਜਿਹੜੇ ਲੱਗੇ ਹੋਏ ਆ ਵੀ ਇਹਨਾਂ ਦੇ ਵਿੱਚੋਂ ਕੋਈ ਐਹੋ ਜਿਹੀ ਜਿਹੜੀ ਸੀਰੀਜ਼ ਦੇ ਵਿੱਚੋਂ ਇਹੋ ਜਿਹਾ ਨੰਬਰ ਹੋਏਗਾ ਵੀ ਜਿਹੜਾ ਇੱਥੇ ਗਲਤ ਤਰੀਕੇ ਨਾਲ ਪੇਸ਼ ਕੀਤਾ ਹੋਇਆ ਵੀ ਕੀ ਉਹ ਇਹਨਾਂ ਦੇ ਵਿੱਚੋਂ ਕੋਈ ਵੀ ਨੰਬਰ ਹੋ ਸਕਦਾ ਮੈਂ ਇਹਦੀਆਂ ਆਪਸ਼ਨਾਂ ਤਾਂ ਨਹੀਂ ਦੱਸੀਆਂ ਹਜੇ ਵੀ ਮੈਂ ਆਪਸ਼ਨਾਂ ਦੱਸ ਦਿੰਨਾ ਇਹ ਹੈਗਾ ਜੀ 13 ਆਪਸ਼ਨ ਨੰਬਰ ਬੀ ਹੈ 21 ਆਪਸ਼ਨ ਨੰਬਰ ਸੀ ਹੈ ਤੁਹਾਡਾ 32 ਤੇ ਆਪਸ਼ਨ ਨੰਬਰ ਜਿਹੜਾ ਡੀ ਹੈ ਉਹ ਹੈ 47 ਸੋ ਇਹਨਾਂ ਦੇ ਵਿੱਚੋਂ ਡਿਫਰੈਂਸ ਜੇ ਵੇਖੋ ਕਿੰਨਾ ਆ ਰਿਹਾ ਸਰ ਨਾਲ ਪਹਿਲਾਂ ਆ ਰਿਹਾ 5 ਉਸ ਤੋਂ ਬਾਅਦ ਆ ਰਿਹਾ 8 8 ਤੋਂ ਬਾਅਦ ਇਹਨਾਂ ਦਾ ਕਿੰਨਾ ਡਿਫਰੈਂਸ ਆ ਬਣ ਜਾਏਗਾ ਜੀ ਇਹਨਾਂ ਦਾ ਡਿਫਰੈਂਸ ਜਿਹੜਾ ਬਣ ਜਾਏਗਾ ਉਹ ਹੈਗਾ ਜੀ 11 ਫਿਰ ਹੈ ਜੀ ਡਿਫਰੈਂਸ 14 ਤੇ ਫਿਰ ਕਿੰਨਾ ਬਣ ਗਿਆ ਜਏਗਾ ਜੀ 17 ਠੀਕ ਹੈ ਜੀ ਸੋ ਹੁਣ ਆਪਾਂ ਇਹਦੀ ਕਾਉਂਟਿੰਗ ਜੇ ਕਰੀਏ ਠੀਕ ਹੈ ਜੀ ਬਟ ਇੱਥੇ ਜੇ ਆਪਾਂ ਜੇ ਇਹ ਇਹ ਹੁਣ ਆਪਾਂ ਸੀਰੀਅਸ ਦੇ ਹਿਸਾਬ ਨਾਲ ਵੈਸੇ ਲਗਾਇਆ ਠੀਕ ਹੈ ਜੀ ਬਟ ਜੇ ਤੁਸੀਂ ਇਹਨਾਂ ਦਾ ਡਿਫਰੈਂਸ ਵੇਖੋਗੇ ਉਹ ਕਿੰਨਾ ਬਣੇਗਾ ਜੇ ਮੈਂ 47 ਦੇ ਵਿੱਚੋਂ 32 ਮਾਈਨਸ ਕਰਾਂ ਕਿੰਨੇ ਬਣਿਆ ਜੀ 5 ਤੇ 15 ਇਹਦਾ ਕਿੰਨਾ ਬਣ ਰਿਹਾ ਜੀ ਫਿਰ ਇੱਥੇ ਹੋਣਾ ਕਿੰਨਾ ਚਾਹੀਦਾ ਸੀ ਇੱਥੇ 14 ਹੋਣਾ ਚਾਹੀਦਾ ਸੀ ਬਟ ਇੱਥੇ ਆ ਕਿੰਨਾ ਰਿਹਾ 14 ਆ ਰਿਹਾ ਸੋ ਇਹਦਾ ਜਿਹੜਾ 47 ਹੈ ਵਿੱਚ ਤੇ 46 ਆਉਣਾ ਚਾਹੀਦਾ ਸੀ ਠੀਕ ਹੈ ਜੀ 46 ਆਏਗਾ ਫੇਰ ਹੀ ਇੱਥੇ 14 ਹੋਊਗਾ ਹੋਏਗਾ ਨਾ ਜੀ ਕਿਉਂਕਿ ਇੱਥੇ ਤਾਂ 15 ਆ ਰਿਹਾ ਇਹਨਾਂ ਦਾ ਡਿਫਰੈਂਸ ਸੋ ਇੱਥੇ ਜਿਹੜਾ ਆਪਣਾ ਸਹੀ ਜਵਾਬ ਹੈ ਉਹ ਹੈ 47 47 ਕਿਹਾ ਜੇ ਇੱਥੇ ਗਲਤ ਕਹਿ ਸਕਦੇ ਆ ਉਹ ਗਲਤ ਨੰਬਰ ਸਿਗਾ ਸੋ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਵਾਰ ਤੁਹਾਡੇ ਤੋਂ ਇਹੀ ਪੁੱਛਿਆ ਜਾਵੇ ਵੀ ਇਹਨਾਂ ਦੇ ਵਿੱਚੋਂ ਸਹੀ ਕਿਹੜਾ ਵੀ ਇਹ ਵੀ ਪੁੱਛਾ ਜਾ ਸਕਦਾ ਵੀ ਇਹਨਾਂ ਦੇ ਵਿੱਚੋਂ ਗਲਤ ਕਿਹੜਾ ਠੀਕ ਹੈ ਜੀ ਸੋ ਹੁਣ ਚੱਲਦੇ ਆਂ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਇਹਨੂੰ ਹੁਣ ਰਫ ਕਰ ਦਿੰਨੇ ਆਪਾਂ ਸੋ ਹੁਣ ਵੇਖਦੇ ਆਂ ਆਪਾਂ ਨੈਕਸਟ ਕੁਐਸਚਨ ਹੋਏਗਾ ਆਪਣਾ ਛੇਵਾਂ ਕੁਐਸਚਨ ਠੀਕ ਹੈ ਜੀ ਵੇਖਦੇ ਹਾਂ ਅੱਜ ਦਾ ਆਪਣਾ 6th ਕੁਐਸਚਨ ਇਹ ਹੈ ਜੀ 36 30 28 ਤੇ 24 ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਕੁਐਸਚਨ ਮਾਰਕ ਸੋ ਤੁਸੀਂ ਹੁਣ ਜਵਾਬ ਦੇਣਾ ਹੈ ਵੀ ਇਹਨਾਂ ਦੇ ਵਿੱਚੋਂ ਜਵਾਬ ਹੈ ਉਹ ਕਿਹੜਾ ਹੋਏਗਾ অপਸ਼ਨ ਨੰਬਰ A ਦੇ ਵਿੱਚ ਹੈ B অপਸ਼ਨ ਨੰਬਰ B ਦੇ ਵਿੱਚ ਹੈ 23 অপশন নাম্বার সি ਦੇ ਵਿੱਚ ਹੈ 22 ਤੇ অপশন নাম্বার ডি ਦੇ ਵਿੱਚ ਕਿਹੜਾ ਕੁਐਸਚਨ ਹੈ ਵੀ ਕਹਿ ਸਕਦੇ ਹਾਂ ਇਹ ਹੈ 26 ਠੀਕ ਹੈ ਜੀ ਸੋ ਹੁਣ ਤੁਸੀਂ ਜਵਾਬ ਦੇਣਾ ਹੈ ਵੀ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਜਵਾਬ ਹੈ ਉਹ ਕਿਹੜਾ ਹੋ ਸਕਦਾ ਸੋ ਹੁਣ ਆਪਾਂ ਫੇਰ ਉਹੀ ਡਿਫਰੈਂਸ ਵੇਖਦੇ ਹਾਂ ਵੀ ਇਹਨਾਂ ਦੇ ਵਿੱਚੋਂ ਡਿਫਰੈਂਸ ਕਿੰਨਾ ਹੈ ਜੀ 36 ਤੇ 34 ਦੇ ਵਿੱਚ ਇਹ ਹੈ ਜੀ 2 ਦਾ ਕਿੰਨਾ -2 ਦਾ ਇੱਥੇ ਕਿੰਨਾ ਹੈ ਜੀ ਜੇ ਤੁਸੀਂ ਵੇਖੋ ਵੀ 34 ਤੇ 30 ਦੇ ਵਿੱਚ ਇਹ ਕਿੰਨਾ ਆਇਆ ਜੀ -4 ਦਾ ਇੱਥੇ ਕਿੰਨਾ ਜੀ ਜੇ ਮੈਂ 30 ਤੇ 28 ਦੇ ਵਿੱਚ ਵੇਖਾਂ 30 ਤੇ 28 ਦੇ ਵਿੱਚ ਕਿੰਨਾ ਹੈ ਜੀ ਇਹ ਜੇ ਤੁਸੀਂ ਵੇਖੋ 34 36 34 30 28 ਠੀਕ ਹੈ ਜੀ 34 ਤੇ 30 ਦੇ ਵਿੱਚ ਜਿਹੜਾ ਡਿਫਰੈਂਸ ਹੈ ਵੀ ਉਹ ਤੁਹਾਨੂੰ 4 ਦਾ ਵੇਖਦਾ ਤੇ 30 ਤੇ 28 ਦਾ ਜਿਹੜਾ ਡਿਫਰੈਂਸ ਹੈ ਉਹ ਤੁਹਾਨੂੰ ਵੇਖਣ ਨੂੰ ਮਿਲਦਾ ਜੀ 2 ਮਾਈਨਸ ਦਾ 2 ਤੇ ਬਾਕੀ 28 ਤੋਂ ਬਾਅਦ 24 ਦੇ ਵਿੱਚ ਜਿਹੜਾ ਡਿਫਰੈਂਸ ਵੇਖਣ ਨੂੰ ਮਿਲਦਾ ਉਹ ਕਿੰਨਾ ਵੇਖਣ ਨੂੰ ਮਿਲਦਾ ਜੀ ਮਾਈਨਸ ਦਾ 4 ਕਿੰਨਾ ਜੀ ਮਾਈਨਸ ਦਾ 4 ਸੋ ਤੁਸੀਂ ਵੇਖੋ ਤੋ ਜਿਹੜੀ ਜਿਹੜੀ ਅੱਗੇ ਜਿਹੜੇ ਅੱਗੇ ਵਾਲੇ ਜਿਹੜੀ ਸਟੇਟਮੈਂਟ ਹੋਏਗੀ ਜਿਹੜੀ ਨੈਕਸਟ ਸਟੇਟਮੈਂਟ ਹੋਏਗੀ ਵੀ ਉਹਦੇ ਵਿੱਚੋਂ ਤੁਸੀਂ ਵੇਖਿਆ ਪਹਿਲਾਂ -2 minus -4 ਫਿਰ -2 ਫਿਰ -4 ਹੁਣ -2 ਹੀ ਆਏਗਾ ਨਾ ਜੀ ਜੇ ਹੁਣ ਆਪਾਂ 24 ਦੇ ਵਿੱਚੋਂ ਵੀ 24 ਦੇ ਵਿੱਚੋਂ ਜੇ ਆਪਾਂ -2 ਕਰੀਏ ਕਿੰਨਾ ਆ ਗਿਆ ਇਹ ਆ ਗਿਆ 22 ਕੋਈ 22 ਹੈ ਆਪਣੇ ਆਪਸ਼ਨ ਦੇ ਵਿੱਚ 20 22 22 ਆਪਸ਼ਨ ਨੰਬਰ ਜਿਹੜੀ ਸੀ ਹੈ ਉੱਥੇ ਹੈਗਾ ਨਾ 22 ਜੀ ਸੋ ਜਿਹੜਾ ਆਪਣਾ ਜਿਹੜਾ ਸਹੀ ਜਵਾਬ ਹੈ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੁਣ ਚੱਲਦੇ ਆਂ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਇਹ ਵੀ ਤੁਹਾਨੂੰ ਸਮਝ ਲੱ ਸੋ ਵੇਖਦੇ ਆ ਅੱਜ ਦਾ ਆਪਣਾ ਨੈਕਸਟ ਕੁਐਸਚਨ ਇਹ ਹੋਏਗਾ ਆਪਣਾ 7ਥ ਕੁਐਸਚਨ 10 5 35 ਤੋਂ ਬਾਅਦ 10 12 35 ਖਾਲੀ ਤੇ ਫਿਰ ਖਾਲੀ ਇਹ ਜਿਹੜਾ ਤੁਸੀਂ ਜਵਾਬ ਹੈ ਇਹਨੂੰ ਦੇਣਾ ਹੈ ਤੇ ਇੱਥੇ ਦੋ ਆਪਾਂ ਨੰਬਰ ਭਰਨੇ ਆ ਵੀ ਸਾਰ ਨਾਲ ਪਹਿਲਾਂ ਆਪਾਂ ਡਿਫਰੈਂਸ ਵੇਖਦੇ ਹਾਂ ਦਾ ਕਿੰਨਾ ਜੀ ਜੇ ਮੈਂ 3 ਤੇ 5 ਦੇ ਵਿੱਚ ਡਿਫਰੈਂਸ ਵੇਖਾਂ ਉਹ ਕਿੰਨਾ ਆ ਗਿਆ ਜੀ ਇਹ ਆ ਗਿਆ 2 ਦਾ 5 ਦੇ 35 ਦੇ ਵਿੱਚ ਕਿੰਨਾ ਡਿਫਰੈਂਸ ਆ ਗਿਆ ਜੀ ਇਹ ਲਗਭਗ 30 ਦਾ ਆ ਗਿਆ ਕਿੰਨਾ ਆ ਗਿਆ ਜੀ 30 ਦਾ ਆ ਗਿਆ ਜੇ ਮੈਂ 35 ਤੇ 10 ਦੇ ਵਿੱਚ ਵੇਖਾਂ ਇਹ ਕਿੰਨਾ ਆ ਰਿਹਾ ਜੀ ਇਹ ਮਾਈਨਸ ਦਾ ਆ ਰਿਹਾ ਕੁਝ ਕਿੰਨਾ ਮਾਈਨਸ ਦਾ ਆ ਰਿਹਾ ਜੀ -25 ਆ ਰਿਹਾ -25 ਜੇ ਮੈਂ 10 ਤੇ 12 ਦਾ ਇੱਕ ਵੇਖਾਂ ਇਹ 2 ਆ ਰਿਹਾ ਬਟ ਇਹੀ ਮੈਂ ਜੇ 12 ਦੇ 35 ਦਾ ਵੇਖਾਂ ਕਿੰਨਾ ਬਣ ਗਿਆ ਜੀ ਇਹਦਾ 5 ਵਿੱਚੋਂ 2 ਮਾਈਨਸ ਕੀਤੇ ਇਹ ਆ ਗਿਆ 3 ਤੇ 3 ਨਾਲ ਵਿੱਚੋਂ ਇੱਕ ਗਿਆ ਇਹ ਆ ਗਿਆ ਕਿੰਨਾ 2 ਇਹ ਲਗਭਗ 23 ਦਾ ਡਿਫਰੈਂਸ ਆ ਰਿਹਾ ਠੀਕ ਹੈ ਜੀ ਸੋ ਆਪਣਾ ਜਿਹੜਾ ਜਵਾਬ ਹੈ ਉਹ ਕੀ ਹੋ ਸਕਦਾ ਸੋ ਇਹ ਤੁਹਾਨੂੰ ਲੱਗਦਾ ਵੀ ਕੋਈ ਮੈਚ ਕਰ ਰਹੀ ਹੈ ਸੀਰੀਜ਼ ਬਟ ਜੇ ਤੁਸੀਂ ਆ ਦੋ ਦੋ ਵਾਲੀ ਸੀਰੀਜ਼ ਵੇਖੋ ਵੀ ਫਿਰ ਆਪਾਂ ਨੂੰ ਕਿਤੇ ਨਾ ਕਿਤੇ ਗੱਲ ਲੱਗ ਰਹੀ ਹੈ ਵੀ ਹਾਂ ਵੀ ਇੱਥੇ ਕੋਈ ਨਾ ਕੋਈ ਗੱਲ ਹੈ ਬਟ ਇਹ ਜਿਹੜੀ ਸੀਰੀਜ਼ ਹੋਏਗੀ ਉਹ ਸਹੀ ਨਹੀਂ ਹੋਏਗੀ ਸੋ ਆਪਾਂ ਕੋਈ ਹੋਰ ਟਰਾਈ ਕਰਕੇ ਵੇਖਦੇ ਹਾਂ ਜਿਵੇਂ ਮੈਂ ਇੱਕ ਹੋਰ ਐਗਜ਼ਾਮਪਲ ਦੇ ਕੇ ਦੱਸਦਾ ਸੋ ਵੇਖਿਆ ਜਿਵੇਂ ਕਿ 3 ਤੇ 5 ਸੀਗਾ ਠੀਕ ਹੈ ਜੀ ਜੇ ਆਪਾਂ ਆ ਦੋ ਰਕਮਾਂ ਵਿਖੀ ਵੀ ਸੇਮ ਸੇਮ ਲੱਗ ਰਹੀਆਂ ਕਿਹੜੀਆਂ ਕਿਹੜੀਆਂ ਜੀ ਜਿੱਕਤਾ ਹੋ ਗਿਆ 35 ਇੱਧਰ ਹੋ ਗਿਆ 35 ਜੇ ਮੈਂ ਇਹਨਾਂ ਵਿੱਚੋਂ ਵੇਖਾਂ ਵੀ 3 ਦੇ 5 ਵਿੱਚ ਕਿੰਨਾ ਡਿਫਰੈਂਸ ਆ ਜੀ 3 4 5 ਪਲੱਸ 2 ਦਾ ਤੇ ਇਸ ਤੋਂ ਬਾਅਦ ਜੇ ਮੈਂ 10 ਦੇ ਵਿੱਚੋਂ ਇਹਦਾ ਡਿਫਰੈਂਸ ਵੇਖਾਂ ਉਹ ਕਿੰਨਾ ਹੋ ਗਿਆ ਜੀ ਕਿੰਨਾ ਹੋ ਗਿਆ ਪਲੱਸ 5 ਠੀਕ ਹੈ ਜੀ ਸੋ ਇਸ ਤੋਂ ਬਾਅਦ ਜੇ ਤੁਸੀਂ 10 ਤੇ 2 ਦਾ 12 ਦਾ ਡਿਫਰੈਂਸ ਵੇਖੋ ਉਹ ਕਿੰਨਾ ਬਣ ਗਿਆ ਇਹ ਬਣ ਗਿਆ ਪਲੱਸ 2 ਤੇ ਇਸ ਤੋਂ ਬਾਅਦ ਜੇ ਮੈਂ ਡਿਫਰੈਂਸ ਵੇਖਾਂ ਠੀਕ ਹੈ ਜੀ ਕਿਉਂਕਿ ਇਸ ਤੋਂ ਬਾਅਦ 12 ਤੋਂ ਬਾਅਦ ਇੱਥੇ ਕਿੰਨਾ ਡਿਫਰੈਂਸ ਹੋਣਾ ਚਾਹੀਦਾ ਹੈ ਜੀ 5 ਦਾ ਹੋਣਾ ਚਾਹੀਦਾ ਕਿੰਨਾ ਪਲੱਸ ਹੋਣਾ ਚਾਹੀਦਾ ਤੇ ਪਲੱਸ ਤੋਂ ਬਾਅਦ ਵੀ ਇੱਥੇ ਕਿੰਨਾ ਹੋਣਾ ਚਾਹੀਦਾ ਪਲੱਸ 2 ਸੋ ਇੱਥੇ ਜਿਹੜੀ ਵੀ ਰਕਮ ਆਏਗੀ ਫਿਰ ਕਹਿਣ ਦਾ ਭਾਵ ਇਹੀ ਹੈ ਵੀ ਇੱਥੇ ਤੁਸੀਂ ਕੀ ਕਰਨਾ ਹੈ ਵੀ ਉਹਦੇ ਵਿੱਚੋਂ ਤੁਸੀਂ 2 ਪਲੱਸ ਕਰ ਦੇਣੇ ਆ ਠੀਕ ਹੈ ਜੀ ਸੋ ਮੈਨੂੰ ਲੱਗਦਾ ਮੈਂ ਆਪਸ਼ਨਾਂ ਤਾਂ ਲਿਖਿਆ ਹੀ ਨਹੀਂ ਸੀ ਗਿਆ ਬਟ ਫਿਰ ਵੀ ਆਪਾਂ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਇੱਥੇ ਕਿੰਨਾ ਸੀਗਾ ਜੀ 12 12 ਦੇ ਵਿੱਚ ਜੇ ਤੁਸੀਂ 5 ਪਲੱਸ ਕੀਤੇ ਕਿੰਨਾ ਆ ਗਿਆ ਜੀ 17 ਆ ਗਿਆ ਤੇ 17 ਦੇ ਵਿੱਚੋਂ ਜੇ ਤੁਸੀਂ 2 ਹੋਰ ਪਲੱਸ ਕੀਤੇ ਫਿਰ ਕਿੰਨਾ ਆ ਗਿਆ ਜੀ ਫਿਰ ਆ ਜਾਏਗਾ 19 ਠੀਕ ਹੈ ਜੀ ਸੋ ਆਪਣਾ ਜਿਹੜਾ ਸਹੀ ਜਵਾਬ ਸੀਗਾ ਆਪਣਾ ਹੀ ਜਿਹੜਾ ਸਹੀ ਜਵਾਬ ਹੋ ਜਾਏਗਾ ਠੀਕ ਹੈ ਜੀ 17 ਤੇ 19 ਆਪਸ਼ਨ ਆਈ ਦੀਆਂ ਲਿਖਣੀਆਂ ਮੈਂ ਭੁੱਲ ਗਿਆ ਸੀ ਸੋਚ ਕੋਈ ਨਹੀਂ ਆਪਾਂ ਹੁਣ ਚੱਲਦੇ ਆਂ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਉਮੀਦ ਹੈ ਤੁਹਾਨੂੰ ਆਹ ਵਾਲਾ ਕੁਐਸਚਨ ਵੀ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ ਇਹ ਅੱਜ ਦਾ ਆਪਣਾ 8th ਕੁਐਸਚਨ ਹੈ 8th ਕੁਐਸਚਨ ਬਾਰੇ ਵੀ ਡਿਸਕਸ ਕਰ ਲੈਣੇ ਆਂ ਸੋ ਵੇਖੋ ਤੁਸੀਂ F A K ਇਹ ਆਪਣੀ ਅਲਫਾਬੈਟ ਦੀ ਸੀਰੀਜ਼ ਹੈ ਠੀਕ ਹੈ ਜੀ ਮੈਂ ਤੁਹਾਨੂੰ ਜਦੋਂ ਸੈਸ਼ਨ ਆਪਣਾ ਸ਼ੁਰੂ ਹੋਣ ਲੱਗਿਆ ਸੀ ਵੀ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀ ਕੀ ਆਪਾਂ ਨੂੰ ਅਲਫਾਬੈਟ ਦੀ ਸੀਰੀਜ਼ ਵੇਖਣ ਨੂੰ ਮਿਲ ਸਕਦੀ ਆ ਜਾਂ ਫਿਰ ਕੋਈ ਨੰਬਰ ਦੀ ਸੀਰੀਜ਼ ਵੇਖਣ ਨੂੰ ਮਿਲ ਸਕਦੀ ਆ ਜਾਂ ਫਿਰ ਦੋਵਾਂ ਦਾ ਜਿਹੜਾ ਮਿਕਸਚਰ ਆ ਉਹ ਵੇਖਣ ਨੂੰ ਮਿਲ ਸਕਦਾ ਚਲੋ ਵੇਖਦੇ ਆ F A K ਠੀਕ ਹੈ ਜੀ I E M ਤੇ ਹੁਣ ਵੇਖਦੇ ਆ L I O A ਹੈ ਸੀਰੀਜ਼ ਤੇ ਇਸ ਤੋਂ ਬਾਅਦ ਵਾਲੀ ਜਿਹੜੀ ਸੀਰੀਜ਼ ਹੋਏਗੀ ਵੀ ਉਹ ਤੁਸੀਂ ਦੱਸਣੀ ਆ ਵੀ ਸਾਰਿਆਂ ਨਾਲ ਪਹਿਲਾਂ ਇਹਦੀ ਮੈਂ ਆਪਸ਼ਨਾਂ ਲਿਖ ਦੇਣਾ ਵੀ ਪਹਿਲਾਂ ਤਾਂ ਨਹੀਂ ਲਿਖਿਆ ਸੀਗੀਆਂ O M Q O P Q M N O T लास्ट दे विच है R O R ਮੈਨ ਲਾਦਾ ਥੋੜਾ ਜਿਹਾ ਇੱਥੇ ਮਿਸਟੇਕ ਹੋ ਗਿਆ ਬਟ ਕੋਈ ਨਹੀਂ ਕੁਝ ਵੀ ਸਮਝ ਲਓ ਚਲੋ ਆਰ ਉਹ ਆ ਰਹੀ ਹੈ ਇੱਥੇ ਸੋ ਆਪਾਂ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਇਹ ਜਿਹੜੀਆਂ ਆਪਸ਼ਨ ਹੈਗੀਆਂ ਇਹ ਆਪਸ਼ਨ ਬੀ ਆਪਸ਼ਨ ਸੀ ਐਂਡ অপਸ਼ਨ ਡੀ ਹੁਣ ਆਪਾਂ ਛੇਤੀ ਛੇਤੀ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਤੁਹਾਨੂੰ ਸਮਝਾਉਣ ਦੀ ਵੀ ਮੈਂ ਕੋਸ਼ਿਸ਼ ਕਰਦਾ ਸੋ ਵੇਖੋ ਵੀ ਸਭ ਨਾਲ ਪਹਿਲਾਂ ਤਾਂ ਆਪਾਂ ਇਹਦੀ ਨੰਬਰਿੰਗ ਲਾ ਲੈਣੇ ਆਂ ਵੀ ਐਫ ਜਿਹੜਾ ਵੀ ਇੱਥੇ ਆਪਾਂ ਹੋਰ ਪੇਸ ਤੇ ਜਿਵੇਂ ਐਫ ਐ ਏ ਤੇ ਕੇ ਆਈ ਈ ਐਮ ਐਲ ਆਈ ਓ ਸੋ ਜਿਹੜਾ ਐਫ ਹੈ ਉਹ ਕਿੰਨੇਵੇਂ ਨੰਬਰ ਤੇ ਆਉਂਦਾ ਆਪਣੇ ਅਲਫਾਬੈਟ ਦੇ ਵਿੱਚੋਂ ਉਹ ਆਉਂਦਾ ਜੀ 6th ਨੰਬਰ ਤੇ ਏ ਬੀ ਸੀ ਡੀ ਐਫ ਇਹ ਆ ਗਿਆ 6th ਨੰਬਰ ਤੇ ਏ ਆਉਂਦਾ ਜੀ 1 ਨੰਬਰ ਤੇ ਤੇ ਜਿਹੜੀ ਕੇ ਆ ਉਹ 11 ਨੰਬਰ ਤੇ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਤੁਸੀਂ ਕਾਊਂਟ ਕਰਕੇ ਵੇਖ ਸਕਦੇ ਹੋ ਏ ਬੀ ਸੀ ਡੀ ਈ ਐਫ ਜੀ ਐਚ ਆਈ ਜੇ ਕੇ ਉਸ ਤੋਂ ਬਾਅਦ ਆਈ ਕਿੰਵੇਂ ਨੰਬਰ ਤੇ ਹੁੰਦਾ ਜੀ ਏ ਆਉਂਦਾ ਜੀ 9ਵੇਂ ਨੰਬਰ ਤੇ ਤੇ ਜਿਹੜੀ ਆਪਣੀ ਈ ਹੈ ਉਹ ਕਿੰਵੇਂ ਨੰਬਰ ਤੇ ਆਉਂਦੀ ਹੈ ਜੀ ਉਹ 5ਵੇਂ ਨੰਬਰ ਤੇ ਆਉਂਦੀ ਹੈ ਜੀ ਤੇ ਐਮ ਤੇ ਐਨ ਤੁਸੀਂ ਇਹ ਰਾਟੇ ਲੈਣਾ ਵੀ ਮੈਂ ਤੁਹਾਨੂੰ ਵੀ ਕੋਈ ਹੋਰ ਸੈਸ਼ਨ ਦੀ ਜਿਹੜੀ ਸੀਰੀਜ਼ ਹੋਏਗੀ ਵੀ ਮੈਂ ਉੱਥੇ ਸਾਰੇ ਤੁਹਾਨੂੰ ਜਿਹੜੇ ਅਲਫਾਬੈਟਸ ਹੋਣਗੇ ਉਹ ਪੂਰੇ ਮੈਂ ਚੰਗੀ ਤਰ੍ਹਾਂ ਤੁਹਾਨੂੰ ਯਾਦ ਹੀ ਕਰਵਾ ਦੂੰਗਾ ਸੋ ਜਿਹੜਾ ਐਮ ਤੇ ਐਨ ਹੈ ਵੀ ਇਹ ਐਮ ਤੁਹਾਨੂੰ 13 ਨੰਬਰ ਤੇ ਵੇਖਣ ਨੂੰ ਮਿਲਦਾ ਹੈ ਤੇ ਜਿਹੜਾ ਐਨ ਉਹ 14 ਨੰਬਰ ਤੇ ਵੇਖਣ ਨੂੰ ਮਿਲਦਾ ਤੇ ਐਲ ਕਿੰਵੇਂ ਨੰਬਰ ਤੇ ਵੇਖਣ ਨੂੰ ਮਿਲੇਗਾ ਜੀ ਤੁਸੀਂ ਇੱਕ ਵਾਰ ਕਾਊਂਟ ਵੀ ਕਰ ਲਿਓ ਵੈਸੇ 12 ਨੰਬਰ ਤੇ ਆਉਂਦਾ A B C D E F G H I J K L ਠੀਕ ਹੈ ਜੀ ਐਲ ਕਿੰਵੇਂ ਨੰਬਰ ਤੇ ਆ ਰਿਹਾ ਜੀ 4 8 12 ਠੀਕ ਹੈ ਜੀ ਮੈਂ ਤੁਹਾਨੂੰ ਦੱਸਿਆ ਸੀ ਨਾ 12 12 ਤੇ ਸ਼ਾਇਦ ਮੈਂ 16 ਤਾਂ ਨਹੀਂ ਦੱਸਿਆ ਸੀ ਜੀ ਤੁਹਾਨੂੰ ਅ ਚਲੋ ਕੋਈ ਨਹੀਂ ਹੁਣ ਆਪਾਂ ਵੇਖਦੇ ਆ 99 ਨੰਬਰ ਤੇ ਆ ਗਿਆ ਇਹ ਆ ਗਿਆ 9ਵੇਂ ਨੰਬਰ ਤੇ ਤੇ ਜਿਹੜੀ O ਹੈ ਠੀਕ ਹੈ ਜੀ O ਕਿੰਨੇਵੇਂ ਨੰਬਰ ਤੇ ਆਉਂਦੀ ਹੈ ਇਹ ਆਉਂਦੀ ਹੈ O 15ਵੇਂ ਨੰਬਰ ਤੇ ਠੀਕ ਹੈ ਜੀ O ਕਿੰਨੇਵੇਂ ਨੰਬਰ ਤੇ ਆਉਂਦੀ ਹੈ O 15ਵੇਂ ਨੰਬਰ ਤੇ ਆਉਂਦੀ ਹੈ ਹੁਣ ਤੁਸੀਂ ਇਹਨਾਂ ਦੇ ਵਿੱਚੋਂ ਡਿਫਰੈਂਸ ਵੇਖੋ ਵੀ 6 ਦੇ ਬਾਅਦ ਜਿਵੇਂ ਕਿ ਆ ਸਰ ਨਾਲੋਂ ਜਿਹੜਾ ਫਸਟ ਅਲਫਾਬੇਟਾ ਵੀ ਸਰ ਨਾਲੋਂ ਪਹਿਲਾਂ ਆਪਾਂ ਉਹਦੀ ਗੱਲ ਕਰਦੇ ਹਾਂ ਸੋ 6 ਦੇ ਵਿੱਚ ਜਿਹੜਾ ਡਿਫਰੈਂਸ ਉਹ ਕਿੰਨਾ ਵੇਖਣ ਨੂੰ ਮਿਲ ਰਿਹਾ ਜੀ ਤੁਹਾਨੂੰ ਇਹ ਵੇਖਣ ਨੂੰ ਮਿਲ ਰਿਹਾ +3 ਦਾ ਤੇ 9 ਦੇ ਬਾਅਦ ਇਹ ਵੀ ਕਿੰਨਾ ਡਿਫਰੈਂਸ ਵੇਖਣ ਨੂੰ ਮਿਲ ਰਿਹਾ ਜੀ +3 ਦਾ ਹੁਣ ਆਪਾਂ ਦੂਜੀ ਜਿਹੜੀ ਅਲਫਾਬੈਟ ਆ ਉਹਦੀ ਗੱਲ ਕਰਦੇ ਆ ਸੋ ਇੱਕ ਤੋਂ ਬਾਅਦ ਅਲਫਾਬੈਟ ਤੋਂ ਜਿਹੜਾ ਸੀ ਇੱਕ ਤੋਂ ਬਾਅਦ ਆਇਆ 5 ਸੋ ਇਹਦੇ ਵਿੱਚ ਕਿੰਨਾ ਡਿਫਰੈਂਸ ਵੇਖਣ ਨੂੰ ਮਿਲ ਰਿਹਾ ਜੀ 4 ਤੇ 4 5 ਤੋਂ ਬਾਅਦ ਜੇ ਆਪਾਂ 9 ਦੀ ਗੱਲ ਕਰੀਏ ਸੋ ਇੱਥੇ ਕਿੰਨਾ ਡਿਫਰੈਂਸ ਵੇਖਣ ਨੂੰ ਮਿਲ ਰਿਹਾ ਇਹ ਵੀ 4 ਆ ਜੀ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆ ਵੀ 11 ਦੀ 11 ਤੋਂ ਬਾਅਦ ਆ ਗਿਆ 13 ਠੀਕ ਹੈ ਜੀ ਜੇ ਮੈਂ 13 ਤੇ ਗਿਆ ਤੇ ਇੱਥੇ ਕਿੰਨਾ ਡਿਫਰੈਂਸ ਆਪਾਂ ਨੂੰ ਵੇਖਣ ਨੂੰ ਮਿਲਿਆ ਇਹ ਮਿਲਿਆ ਜੀ 2 ਦਾ ਤੇ 13 ਤੋਂ ਬਾਅਦ ਜੇ ਮੈਂ 15 ਤੇ ਗਿਆ ਇਹ ਵੀ ਕਿੰਨਾ ਡਿਫਰੈਂਸ ਹੈਗਾ ਜੀ 2 ਦਾ ਸੋ ਕਿੰਨਾ ਡਿਫਰੈਂਸ ਹੋ ਗਿਆ ਜੀ ਇਹ ਵੇਖ ਸਕਦੇ ਹੋ ਤੁਸੀਂ ਵੀ ਸਾਰ ਨਾਲੋਂ ਪਹਿਲਾਂ 3 4 ਤੇ 2 ਕਿੰਨਾ-ਕਿੰਨਾ ਹੈ ਜੀ 3 4 ਤੇ 2 ਸੋ ਕਹਿਣ ਦਾ ਭਾਵ ਤਾਂ ਇਹ ਹੀ ਹੈ ਨਾ ਵੀ 15 ਤੋਂ ਬਾਅਦ 12 ਤੋਂ ਬਾਅਦ ਇੱਥੇ 3 ਪਲੱਸ ਕੀਤਾ ਤੁਸੀਂ 12 9 ਤੇ 15 ਇੱਥੇ ਪਲੱਸ 3 4 2 ਠੀਕ ਹੈ ਜੀ ਹੁਣ ਆਪਾਂ ਇਹਨੂੰ ਕਾਊਂਟ ਕਰ ਦਿੰਨੇ ਆ ਇੱਥੇ ਆ ਗਿਆ 17 ਇਹ ਕਿੰਨਾ ਆ ਗਿਆ ਜੀ 9 10 13 ਤੇ ਇੱਥੇ ਕਿੰਨਾ ਆ ਗਿਆ ਜੀ 12 13 14 15 ਸੋ 15 ਦਾ ਕੀ ਬਣ ਜਾਏਗਾ ਇਹ ਬਣ ਜਾਏਗਾ o ਤੇ 13 ਕਿੰਵੇਂ ਨੰਬਰ ਤੇ ਆ ਜਾਏਗਾ ਜੀ ਮੈਂ ਤੁਹਾਨੂੰ ਦੱਸਿਆ ਸੀ ਨਾ ਜੀ 13 ਤੇ 14 13 ਤੇ ਕੀ ਸੀ m ਤੇ 14 ਤੇ ਕੀ ਸੀ n m n M ਠੀਕ ਹੈ ਜੀ ਆਪਣੇ ਇੱਥੇ ਹੈਗਾ ਵੀ ਸੀ ਆ ਵੇਖ ਸਕਦੇ ਹੋ ਤੁਸੀਂ M 13 ਤੇ ਸੀ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਇੱਥੇ 17ਵੇਂ ਨੰਬਰ ਤੇ ਕੀ ਹੁੰਦਾ ਜੀ ਉਹ ਆਉਂਦਾ ਜੀ Q OMQ ਕਿਤੇ ਆਪਣੇ ਜਵਾਬ ਦੇ ਵਿੱਚ ਹੈ ਆਨਸਰ ਆ ਵੇਖੋ ਜੀ ਜੇ ਆਪਾਂ ਫਰਸਟ ਆਪਸ਼ਨ ਨੂੰ ਹੀ ਵੇਖੀਏ OMQ ਸੋ ਆਪਣਾ ਜਵਾਬ ਆ ਗਿਆ ਨਾ ਜੀ OMQ ਇਸ ਦਾ ਰਾਈਟ ਆਨਸਰ ਸੋ ਆਪਣਾ ਇਹ ਜਿਹੜਾ ਸਹੀ ਜਵਾਬ ਸੀ ਹੁਣ ਆਪਾਂ ਚੱਲਦੇ ਆਂ ਜਦੇ ਆਪਣੇ ਨੈਕਸਟ ਕੁਐਸਚਨ ਤੇ ਹੁਣ ਉਹਦੀ ਵੀ ਗੱਲ ਕਰ ਲੈਣੇ ਆਂ 6 ਅੱਜ ਦਾ ਆਪਣਾ 8th ਕੁਐਸਚਨ ਸੀ ਹੁਣ ਆਪਾਂ ਕਰਾਂਗੇ 9th ਕੁਐਸਚਨ ਹੁਣ ਮੈਂ ਇਹਨੂੰ ਰਫ ਕਰ ਦਿੰਨਾ ਹੁਣ ਅੱਜ ਦਾ ਆਪਣਾ ਆ ਗਿਆ 9th ਕੁਐਸਚਨ ਹੁਣ ਆਪਾਂ 9th ਕੁਐਸਚਨ ਦੀ ਵੀ ਗੱਲ ਕਰ ਲੈਨੇ ਇੱਕ ਵਾਰ ਸੋ ਦੇਖ ਸਕਦੇ ਹੋ ਤੁਸੀਂ ਇਹ ਵੀ ਜਿਹੜਾ ਹੈ ਵੀ ਇਹ ਅਲਫਾਬੈਟ ਵਾਲਾ ਹੀ ਕੁਐਸਚਨ ਹੈ ਵੀ ਅਲਫਾਬੈਟ ਵਾਲੀ ਸੀਰੀਜ਼ ਹੈ ਸੋ ਇੱਥੇ ਆ ਗਿਆ B R खाली खाली बी आर खाली खाली एन, ते बी फिर खाली फिर ओ खाली ओ फिर खाली ते, एन ते बी ठीक है जी हूँ मैं ऑप्शन आ भी दस दिना एक बार ए एक नाइंथ क्वेश्चन सी, ऑप्शन नंबर ए है डबलू एन डबलू एन डबलू एन डबल्यू एन ऑप्शन नंबर जो बी है ओ डबल्यू आर डबल्यू ओ डबल्यू आर डबल्यू ऑप्शन नंबर है ओ डबल्यू ओ डबल्यू ओ डबल्यू एंड ओ डबल्यू एंड ऑप्शन नंबर डी देखी है जी आर ओ आर ओ जी आर ओ एंड आर ओ ਸੋ ਇਹਨਾਂ ਦੇ ਵਿੱਚੋਂ ਤੁਸੀਂ ਦੱਸਣਾ ਹੈ ਵੀ ਕਿਹੜਾ ਜਵਾਬ ਹੈ ਵੀ ਉਹ ਸਹੀ ਹੋ ਸਕਦਾ ਸੋ ਵੇਖੋ ਤੁਸੀਂ ਵੀ ਇਹ ਵਰਡ ਕਿੰਨੇ ਆ ਵੀ ਪਹਿਲਾਂ ਅੱਖਰ ਵੇਖੋ ਵੀ ਕਿੰਨੇ ਆ ਟੋਟਲ ਇਹ 1 2 3 4 5 6 7 8 9 10 11 ਸੋ ਮੈਂ ਜਿਹੜੇ ਆਪਾਂ ਪਹਿਲਾਂ ਦੋ ਵਰਡ ਪੜ੍ਹੇ ਸੀਗੇ ਵੀ ਉੱਥੇ ਤਾਂ ਉਹ ਕਿੰਨੇ ਸੀਗੇ ਜੀ ਉਹ ਈਵਨ ਨੰਬਰ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲ ਰਹੇ ਸੀਗੇ ਜਾਂ ਫਿਰ ਉਹ 10 ਹੋ ਸਕਦੇ ਸੀ ਜਾਂ ਫਿਰ ਕਹਿ ਸਕਦੇ ਆਂ ਵੀ ਆਪਾਂ 14 ਸੀਗੇ ਜਾਂ 16 ਸੀ ਜਾਂ ਫਿਰ 20 ਸੀ ਬਟ ਇੱਥੇ ਕਿੰਨੇ ਆ ਜੀ 11 ਆ ਆਪਾਂ ਕੀ ਕਰਾਂਗੇ ਵੀ ਇੱਕ ਨੂੰ ਕੱਢ ਦਾਂਗੇ ਤੇ ਇਹਨੂੰ 5 5 ਦੇ ਵਿੱਚ ਆਪਾਂ ਡਿਵਾਈਡ ਕਰ ਸਕਦੇ ਆ ਕਰ ਸਕਦੇ ਆ ਨਾ ਜਾਂ ਤਾਂ ਫਿਰ ਆਪਾਂ 2 2 ਦੇ ਵਿੱਚ ਡਿਵਾਈਡ ਕਰ ਸਕਦੇ ਆ ਜਾਂ ਤਾਂ ਆਪਾਂ 5 5 ਦੇ ਵਿੱਚ ਡਿਵਾਈਡ ਕਰ ਸਕਦੇ ਆ ਠੀਕ ਆ ਜੀ ਮੈਂ ਦੱਸਿਆ ਸੀ ਨਾ ਵੀ ਪੇਅਰਿੰਗ ਹੀ ਕਰਨੀ ਆਪਾਂ ਮੇਨ ਤਾਂ ਵੀ ਆਪਾਂ ਕੀ ਕਰਦੇ ਆ ਵੀ ਸਭ ਨਾਲੋਂ ਪਹਿਲਾਂ ਆਪਾਂ 5 5 ਦੇ ਪੇਅਰ ਬਣਾ ਸਕਦੇ ਆ ਜੇ ਉਹ ਵੀ ਕਰਨ ਤੋਂ ਨਾ ਆਵੇ ਫਿਰ ਆਪਾਂ 2 2 ਦੇ ਪੇਅਰ ਬਣਾ ਸਕਦੇ ਆ ਜੋ ਉਹ ਵੀ ਨਾ ਹੋਵੇ ਫਿਰ ਆਪਾਂ ਕੀ ਕਰਾਂਗੇ ਵੀ ਆਪਾਂ 3 3 ਦਾ ਵੀ ਰੈਂਡਮ ਕੋਈ ਵੀ ਕਹਿ ਸਕਦੇ ਆ ਵੀ ਪੇਅਰ ਕਈ ਵਾਰ ਕੁਐਸਚਨ ਹੈ ਹਵਜਾ ਜਾਂਦਾ ਔਖਾ ਟਾਈਪ ਫਿਰ ਆਪਾਂ ਨੂੰ ਹੋਰ ਵੀ ਤਰੀਕੇ ਵਿੱਚ ਕੀ ਕਰ ਸਕ ਸਕਦੇ ਆਂ ਵੀ ਅਪਣਾਉਣੇ ਪੈਂਦੇ ਆ ਸੋ ਆਪਾਂ ਕੀ ਕਰਦੇ ਆਂ ਵੀ 5 5 ਦਾ ਜਿਹੜਾ ਪਿਆਰ ਹੈ ਉਹ ਬਣਾਉਣ ਦੀ ਕੋਸ਼ਿਸ਼ ਕਰਦੇ ਆਂ 1 2 3 4 5 ਠੀਕ ਹੈ ਜੀ ਸੋ ਵੇਖੋ ਹੁਣ ਤੁਸੀਂ ਸਾਰੇ ਫਿਲ ਕਰਕੇ ਵੇਖੋ ਇੱਥੇ ਜੇ ਮੈਂ ਕੀਤਾ W N W N ਇਹ ਬਣਦਾ ਕੁਝ ਬਰਾਊਨ ਬੋਂਗ ਕੁਝ ਹੋਰ ਹੀ ਬਣ ਰਿਹਾ ਠੀਕ ਹੈ ਜੀ ਇੱਥੇ ਸੋ ਹੁਣ ਆਪਾਂ ਕੀ ਕਰਦੇ ਆਂ ਵੀ ਆਪਾਂ ਦੂਜਾ ਜਿਹੜਾ B ਦੇ ਵਿੱਚ ਐ ਵੀ ਆਪਾਂ ਉਹ ਫਿਲ ਕਰਨ ਦੀ ਕੋਸ਼ਿਸ਼ ਕਰਦੇ ਆਂ ਠੀਕ ਆ ਜੀ ਸੋ ਵੇਖਦੇ ਆਂ ਉਹਨੂੰ ਵੀ ਆਪਾਂ ਇੱਕ ਵਾਰ ਫਿਲ ਕਰਕੇ ਆਹ O B R O W ਠੀਕ ਆ ਜੀ ਹੁਣ ਉਸ ਤੋਂ ਬਾਅਦ ਆ ਗਿਆ B ਕਿੰਨਾ ਹੋ ਗਿਆ ਸੀ O ਤੇ W ਆਪਾਂ ਭਰਤਾ ਸੀ ਹੁਣ R W ਰਹਿ ਗਿਆ ਸੀ R ਤੇ थे, W ਠੀਕ ਆ ਜੀ ਹੁਣ ਕੀ ਬਣ ਰਿਹਾ ਤੇ ਵੇਖਿਆ ਤੁਸੀਂ ਬਰਾਊਨ ਤੇ ਬਰਾਊਨ ਤੇ ਬਾਕੀ ਜਿਹੜਾ ਇੱਕ B ਸੀ ਉਹ ਛੱਡਿਆ ਗਿਆ ਸਮਝ ਗਏ ਨਾ ਤੁਸੀਂ ਸੋ ਆਪਣਾ ਜਿਹੜਾ ਸਹੀ ਜਵਾਬ ਬਣ ਗਿਆ ਉਹ ਬਣ ਗਿਆ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਸੋ ਹੁਣ ਆਪਾਂ ਚੱਲਦੇ ਆਂ ਅੱਜ ਦੇ ਆਪਣੇ ਲਾਸਟ ਕੁਐਸਚਨ ਤੇ ਉਹਦੇ ਬਾਰੇ ਵੀ ਡਿਸਕਸ ਕਰ ਲੈਣੇ ਆਂ ਕੁਐਸਚਨ ਨੰਬਰ ਹੈ ਆਪਣਾ 10th 10th ਕੁਐਸਚਨ ਦੀ ਵੀ ਆਪਾਂ ਗੱਲ ਕਰਦੇ ਆਂ ਸੋ ਇਹ ਵੀ ਕੁਝ ਇਹੋ ਜਿਹਾ ਪੇਅਰਿੰਗ ਵਾਲਾ ਹੀ ਕੁਐਸਚਨ ਆ ਸੋ ਵੇਖਦੇ ਆਂ ਆਪਾਂ ਇਹਨੂੰ ਇੱਕ ਵਾਰ ਏ ਖਾਲੀ ਖਾਲੀ ਡੀ ਬੀ ਏ ਫਿਰ ਖਾਲੀ ਫਿਰ ਖਾਲੀ ਫਿਰ bcad bc a d ਫਿਰ ਖਾਲੀ ਖਾਲੀ d a ਖਾਲੀ ਖਾਲੀ c ਤੇ d ਹੁਣ ਵੇਖਦੇ ਆ ਵੀ ਕਿੰਨੇ ਕਿੰਨੇ ਵਰਡ ਆ ਇਹ 1 2 3 4 5 6 7 8 9 10 11 12 13 14 15 16 17 18 19 20 ਸੋ ਇਹ ਵਰਡ ਹੈਗੇ 20 ਤੇ ਆਪਾਂ ਹਜੇ ਆਪਸ਼ਨਾਂ ਵੀ ਲਿਖ ਲੈਣੇ ਆਂ ਇਹਦੀਆਂ ਪਹਿਲਾਂ ਸੋ ਆਪਸ਼ਨ ਨੰਬਰ a ਦੇ ਵਿੱਚ ਹੈ ਵੀ c b c d d C B A ਫਿਰ ਆਪਾਂ ਆਪਸ਼ਨ ਨੰਬਰ B ਦੀ ਗੱਲ ਕਰਦੇ ਹਾਂ B C C D B C A B ਤੇ ਆਪਸ਼ਨ ਨੰਬਰ C ਦੀ ਜੇ ਮੈਂ ਗੱਲ ਕਰਾਂ A A B B A A B B, B C C D D ਹੁਣ ਜੇ ਮੈਂ D ਦੀ ਗੱਲ ਕਰਾਂ ਆਪਸ਼ਨ ਨੰਬਰ D ਦੀ A B C D D C B A ਠੀਕ ਹੈ ਜੀ ਹੁਣ ਆਪਾਂ ਵੇਖਦੇ ਹਾਂ ਵੀ ਇਹ ਕਿੰਨੇ ਕਿੰਨਾਂ ਦੇ ਪੇਅਰ ਬਣ ਸਕਦੇ ਆ 20 ਹੈ ਜੀ ਇਹ ਟੋਟਲ ਜਾਤਾਏ ਬਣ ਸਕਦੇ ਆ 4 ਦੇ 5 ਵੀ ਆਪਾਂ 2 ਦੇ ਦਾ ਬਣਾ ਸਕਦੇ ਆ ਬਟ ਆਪਾਂ 2 ਦੇ ਨਹੀਂ ਬਣਾਉਣੇ ਵੀ ਸੀਰੀਜ਼ ਬਹੁਤ ਵੱਡੀ ਆ ਠੀਕ ਹੈ ਜੀ ਜੇ ਉਹ ਬਾਕੀ ਵੱਡੇ ਦੇ ਬਣਦੇ ਹੋਏ ਤਾਂ ਆਪਾਂ ਨੂੰ ਪਤਾ ਲੱਗ ਹੀ ਜਾਊਗਾ ਸੋ ਹੁਣ ਵੈਸੇ ਵੀ 2 ਦੇ ਕਿਉਂ ਨਹੀਂ ਪੇਅਰ ਬਣ ਸਕਦੇ ਜੇ ਮੈਂ ਉਹ ਗੱਲ ਕਰਾਂ ਵੀ ਏ ਤੋਂ ਬਾਅਦ ਏ ਸੀ ਜੇ ਵੇਖੋ ਜਿਵੇਂ ਕਿ ਏ ਇਸ ਤੋਂ ਬਾਅਦ ਏ ਡੀ ਆ ਰਿਹਾ ਫਿਰ ਬੀ ਏ ਆ ਰਿਹਾ ਸੋ ਇਹ ਦੋ ਦੇ ਦਾ ਪੇਅਰ ਬਣ ਨਹੀਂ ਸਕਦੇ ਜੇ ਤੁਸੀਂ ਹੁਣ ਵੇਖੋ ਸੋ ਆਪਾਂ ਕੀ ਕਰਦੇ ਆ ਵੀ ਆਪਾਂ 4 ਦੇ ਪੇਅਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ 4 ਦੇ ਚਾਰ ਨੂੰ ਆਪਾਂ ਜੇ ਪੰਜ ਵਾਰ ਮਲਟੀਪਲਾਈ ਕਰਾਂਗੇ ਫਿਰ ਆ ਗਿਆ 20 ਜਾਂ ਤਾਂ ਫਿਰ ਪੰਜ ਦੇ ਚਾਰ ਪੇਅਰ ਬਣ ਸਕਦੇ ਆ ਜਾਂ ਫਿਰ 10 ਦੇ ਦੋ ਪੇਅਰ ਬਣ ਸਕਦੇ ਆ ਸੋ ਆਪਾਂ ਕੀ ਕਰਾਂਗੇ ਵੀ ਆਪਾਂ ਚਾਰ ਦੇ ਪੇਅਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਵਾਰ ਠੀਕ ਆ ਜੀ ਸੋ ਮੈਨੂੰ ਇੱਕ ਵਾਰ ਰਫ ਕਰ ਦਿੰਨਾ ਸੋ ਵੇਖਦੇ ਆ ਆਪਾਂ ਸੋ ਆਹ ਵੇਖੋ ਜੀ ਇਹਨੂੰ ਆਪਾਂ ਚਾਰ-ਚਾਰ ਦੇ ਵਿੱਚ ਵੰਡ ਦਿੰਨੇ ਇੱਕ ਵਾਰ ਸੋ ਆਪਾਂ ਸਾਰੇ ਫਿਲ ਕਰਕੇ ਵੇਖਦੇ ਆ ਜਿਵੇਂ ਆ ਪਹਿਲਾ ਸਿਗਾ ਆਪਸ਼ਨ ਠੀਕ ਆ ਜੀ ਇਹ ਕੀ ਬਣ ਰਿਹਾ ਸੀਬੀ ਸੀਬੀ cd dcba dc ba ਸੋਨ ਆਪਾਂ ਇਹਨੂੰ ਵੇਖਦੇ ਆਂ ਇੱਕ ਵਾਰ acdb acbd bacd bcad dcda dc a ਕਿຊ ਇੱਥੇ ਜੀ ਇੱਥੇ ਥੋੜੀ ਜੀ ਗਲਤੀ ਹੋ ਗਈ ਸੀ ਇੱਥੇ ਆਉਣਾ ਸੀ b ਠੀਕ ਹੈ ਜੀ ਠੀਕ ਹੈ ਜੀ bcda bacd ਠੀਕ ਹੈ ਜੀ ਸੋ ਆਪਣਾ ਜਿਹੜਾ ਸਹੀ ਜਵਾਬ ਬਣ ਗਿਆ ਜੀ ਇਹੀ ਬਣੇਗਾ ਕਿਉਂ ਬਣੇਗਾ ਕਿਉਂਕਿ ਆਪਾਂ ਜੇ ਇਹਨੂੰ ਧਿਆਨ ਨਾਲ ਵੇਖੀਏ ਸੋ ਇੱਥੇ ਕੀ ਗੱਲ ਕੀਤੀ ਗਈ ਹੈ ਵੀ ਜਿਹੜੇ ਵੀ ਇਹ ਸਾਰੇ ਵਰਡ ਨੇ ਕੋਈ ਵੀ ਰਿਪੀਟ ਨਹੀਂ ਹੋ ਰਿਹਾ ਵੀ ਸਾਰੇ ਆ ਰਹੇ ਆ ਏ ਸੀ ਜਿਵੇਂ ਕਿ ਏ ਬੀ ਸੀ ਡੀ ਏ ਬੀ ਸੀ ਡੀ ਏ ਬੀ ਸੀ ਡੀ ਐਂਡ ਏ ਬੀ ਸੀ ਡੀ ਇਸ ਤੋਂ ਬਾਅਦ ਫਿਰ ਏ ਬੀ ਸੀ ਡੀ ਸੋ ਜਿਹੜਾ ਆਪਣਾ ਸਹੀ ਜਵਾਬ ਬਣ ਗਿਆ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਸੋ ਇਹ ਆਪਾਂ ਨੂੰ ਪਹਿਲੇ ਦੇ ਵਿੱਚ ਹੀ ਮਿਲ ਗਿਆ ਸੋ ਇਹਦਾ ਜਿਹੜਾ ਸਹੀ ਜਵਾਬ ਸੀ ਏ ਸੀ ਠੀਕ ਹੈ ਜੀ ਸੋ ਉਮੀਦ ਹੈ ਵੀ ਤੁਹਾਨੂੰ ਇਹ ਸ਼ਾਸਨ ਆਇਆਗਾ ਜੀ ਉਹ ਸਾਰਾ ਸਮਝ ਲੱਗਿਆ ਹੋਵੇਗਾ ਫਿਰ ਵੀ ਜੇ ਕੋਈ ਸਮੱਸਿਆ ਆਈ ਹੋਈ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਤੋਂ ਦੱਸ ਦਿਓ ਵੀ ਇਹ ਸ਼ਾਸਨ ਕਿਉਂ じゃ ਲੱਗਿਆ ਵੀ ਤੁਹਾਨੂੰ ਹੈਲਪਫੁਲ ਲੱਗਿਆ ਹੋਵੇ ਤਾਂ ਆ ਵੀ ਇਹਨੂੰ ਲਾਈਕ ਕਰ ਦਿਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਤੋਂ ਦੱਸਿਓ ਸੋ ਇਸ ਦੇ ਨਾਲ ਹੀ ਆਪਾਂ ਵਿਦਾ ਲੈਣੇ ਆ ਸੋ ਥੈਂਕ ਯੂ so much for watching God bless you all